रब्बा वे का तो मुंह दिता वे खू दिता वे जेड़ा भरदा ही नहीं। वन साइड मेरी ना बड़ी जीरो टाइप आ। अच्छा जिथे मैं फन करन दी कोशिश भी करदा भी लै भी मैं हुण चुटकला सुनाउण लगे जां मैं कोई हासे वाली उत्थे हसदा भी कोई नहीं हैगा। हमेशा यह कहे जांदा है कि कुड़ियां लई बहुत औखा है इंडस्ट्री च सरवाइव करना, पर थोड़े अकॉर्डिंग मुंडियां नूं की मुश्किलां आउंदियां ने जो शायद कदे डिस्कस ही नहीं कीतियां जांदियां? जदों मुंडियां ने किसे ने चाहे एज अ सिंगर आउणा चाहे एज एन एक्टर आउणा तां कंपैरिजनस बहुत ने, कंपटीशन बहुत ज्यादा। कुड़ियां दे केस च कंपटीशन थोड़ा कंपैरेटिवली घट है, कंपैरेटिवली घट है। सो मैनूं ऐ लगदा वी ओह उस केस दे विच स्ट्रगल थोड़ी जी मुंडियां नूं ज्यादा करनी पैंदी है एज कंपेयर टू कुड़ियां। ਮੈਂ ਤਾਂ ਸਵਾਲ ਦਿੱਤੇ ਆ, ਸਵਾਲ ਪੁੱਛਣੇ ਆਪਾਂ ਇੱਕ ਦੂਜੇ। ਤੁਸੀਂ ਤਾਂ ਨਹੀਂ ਪੁੱਛਣੇ ਹੈਗੇ ਮੈਨੂੰ ਇਹ? ਨਹੀਂ ਮੈਂ ਤੁਹਾਨੂੰ ਪੁੱਛਣੇ ਆ, ਤੁਸੀਂ ਮੈਨੂੰ ਪੁੱਛਣੇ ਆ। ਓਕੇ, ਬਟ ਸ਼ੁਰੂ ਕਿਹਨੇ ਕਰਨਾ ਦੋਨਾਂ ਚੋਂ ਆਪਾਂ ਨੂੰ ਪਹਿਲਾਂ? ਕਹਿੰਦੇ ਆ ਸਵਾਗਤ ਤਾਂ ਉਹਨਾਂ ਦਾ ਹੁੰਦਾ ਜੋ ਬਾਹਰੋਂ ਆਉਂਦੇ ਆ, ਦਿਲ 'ਚ ਵਸਿਆਂ ਕਲਾਕਾਰਾਂ ਦਾ ਕਿਵੇਂ ਸਵਾਗਤ ਕਰੀਏ ਤੁਸੀਂ ਆਪ ਦੱਸੋ। ਤੇ ਅੱਜ ਤਾਂ ਸੁਰੀਲੀ ਦੇ ਨਾਲ ਉਹ ਸ਼ਖਸ ਵਿਰਾਜਮਾਨ ਨੇ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੇ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ, ਤੇ ਨਾਲ ਨੇ ਇੱਕ ਇਹੋ ਜਿਹੇ ਖੂਬਸੂਰਤ ਅਦਾਕਾਰ ਜਿਨ੍ਹਾਂ ਦੀ ਖੂਬਸੂਰਤੀ ਦੀ ਤਾਰੀਫ ਕਰੀਏ ਜਾਂ ਉਹਨਾਂ ਦੀ ਅਦਾਕਾਰੀ ਦੀ, ਉਹਨਾਂ ਦੀ ਇਹੀ ਗੱਲ ਹਮੇਸ਼ਾ ਫੈਨਸ ਨੂੰ ਉਲਝਾ ਕੇ ਰੱਖਦੀ ਹੈ। ਸੋ ਸਵਾਗਤ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਹਾਰਡਵਰਕ ਅਤੇ ਆਪਣੇ ਕਿਰਦਾਰ ਨਾਲ ਬਣਾਈ ਹੈ ਆਪਣੀ ਪਹਿਚਾਣ, ਯਾਨੀ ਹਰਦੀਪ ਗਰੇਵਾਲ ਐਂਡ ਹਸ਼ਨੀਨ ਚੌਹਾਨ। Welcome to our show, The Cross Interview Season 2. Show ਕਰਦਿਆਂ ਸ਼ੁਰੂ ਤੁਹਾਡੇ ਇੱਕ ਦੂਜੇ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਨਾਲ, ਤੇ ਸਭ ਤੋਂ ਪਹਿਲਾਂ ਹਸ਼ਨੀਨ ਤੁਸੀਂ ਪੁੱਛੋ ਸਵਾਲ ਹਰਦੀਪ ਨੂੰ। ਓਕੇ, ਚਲੋ ਪਹਿਲਾਂ ਤੁਹਾਡੀ ਵਾਰੀ ਆ ਗਈ। ਠੀਕ ਹੈ ਜੀ। ਓਕੇ, ਤਾਂ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਤੁਹਾਡੇ ਕੋਲ ਬਹੁਤ ਸਾਰੇ ਕਨਸੈਪਟ ਹੁੰਦੇ ਨੇ, ਪਰ ਤੁਨਕਾ ਤੋਂ ਬਾਅਦ ਬੈਚ 2013 ਦਾ ਕਨਸੈਪਟ ਹੀ ਚੂਜ਼ ਕਰਨ ਦਾ ਸਬੱਬ ਕਿਵੇਂ ਬਣਿਆ? ਹਾਂ, ਬੈਚ 2013 ਤੋਂ ਪਹਿਲਾਂ ਜਾਂ ਤੁਣਕਾ ਰਿਲੀਜ਼ ਤੋਂ ਪਹਿਲਾਂ ਸੀਗੇ ਕਨਸੈਪਟਸ, ਹੋਰ ਵੀ ਸੀਗੇ ਮਾਈਂਡ ਦੇ ਵਿੱਚ, ਬਟ ਉਹ ਡਿਪੈਂਡ ਕਰਦਾ ਸੀ ਕਿ ਤੁਣਕਾ ਕਿੱਦਾਂ ਦੀ ਜਾਂਦੀ ਆ। ਸਪੋਜ਼ ਜੇ ਉਹ ਠੀਕ ਠੀਕ ਜਾਂਦੀ ਫਿਰ ਆਪਾਂ ਇੱਦਾਂ ਦੇ ਕਿਸੇ ਕਨਸੈਪਟ ਨੂੰ ਹੱਥ ਪਾਉਣਾ ਸੀ ਜਿਹੜਾ ਆਪਾਂ ਈਜ਼ੀਲੀ ਕਰ ਸਕਦੇ ਹੋਈਏ, ਬਟ ਜਿੱਦਾਂ ਦਾ ਰਿਸਪੋਂਸ ਫਿਰ ਤੁਣਕਾ ਨੂੰ ਮਿਲਿਆ ਫਿਰ ਸਾਨੂੰ ਇੱਦਾਂ ਲੱਗਿਆ ਕਿ ਬੈਚ 2013 ਕਿਉਂਕਿ ਇੱਕ ਵਾਸਟ ਸਬਜੈਕਟ ਸੀ ਬਹੁਤ ਜ਼ਿਆਦਾ ਅਤੇ ਹਰ ਚੀਜ਼ ਇਹਦੇ 'ਚ ਵੱਡੀ ਸੀ, ਇਸ ਕਰਕੇ ਅਸੀਂ ਬੈਚ 2013 ਨਾਲ ਹੀ ਪੰਗਾ ਲਿਆ, ਹੈ ਨਾ। ਸੋ ਦੈਟਸ ਵਾਈ ਤੁਣਕਾ ਦੀ ਸਕਸੈਸ ਤੋਂ ਅਸਲ 'ਚ ਬੈਚ 2013 ਦਾ ਜਨਮ ਹੋਇਆ। ਟਰੂ, ਦੈਟਸ ਟਰੂ। ਤਾਂ ਮੇਰਾ ਦੂਜਾ ਸਵਾਲ ਤੁਹਾਨੂੰ ਇਹ ਹੈ ਕਿ ਹਰਦੀਪ, ਤੁਹਾਡੇ ਪ੍ਰੋਜੈਕਟਸ ਕਰਕੇ ਤੁਹਾਡੀ ਛਵੀ ਤੁਹਾਡੇ ਫੈਨਸ ਦੇ ਅੱਗੇ ਬੜੀ ਜ਼ਹੀਨ ਜੀ ਬਣੀ ਹੋਈ ਹੈ। ਵੈਰੀ ਟਰੂ। ਅਤੇ ਅੱਜ ਤੁਸੀਂ ਆਪਣੀ ਫਨ ਸਾਈਡ ਬਾਰੇ ਸਾਨੂੰ ਦੱਸੋ ਤਾਂ ਕਿ ਫੈਨਸ ਨੂੰ ਵੀ ਪਤਾ ਲੱਗੇ ਕਿ ਹਰਦੀਪ ਦੀ ਫਨ ਸਾਈਡ ਕਿਹੋ ਜਿਹੀ ਹੈ ਜਾਂ ਫਿਰ ਹਰਦੀਪ ਦੀ ਪਾਰਟੀ ਕਿਹੋ ਜਿਹੀ ਹੁੰਦੀ ਹੈ। ਯਾਰ ਇਹ ਤਾਂ ਪਤਾ ਕੀ ਗੱਲ ਆ, ਅਸਲ 'ਚ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਜਿਹੜੇ ਮੇਰੇ ਨੇੜੇ ਹੈਗੇ ਆ, ਈਵਨ ਕਿ ਮੈਨੂੰ ਲੱਗਦਾ ਸਵਾਲ ਦਾ ਜਵਾਬ ਤੁਹਾਨੂੰ ਵੀ ਵੈਸੇ ਪਤਾ ਹੀ ਆ। ਫਨ ਸਾਈਡ ਮੇਰੀ ਨਾ ਬੜੀ ਜ਼ੀਰੋ ਟਾਈਪ ਆ। ਅੱਛਾ ਜਿੱਥੇ ਮੈਂ ਫਨ ਕਰਨ ਦੀ ਕੋਸ਼ਿਸ਼ ਵੀ ਕਰਦਾ ਵੀ ਲੈ ਵੀ ਮੈਂ ਹੁਣ ਚੁਟਕਲਾ ਸੁਣਾਉਣ ਲੱਗਿਆ ਜਾਂ ਮੈਂ ਕੋਈ ਹਾਸੇ ਵਾਲੀ, ਉੱਥੇ ਹੱਸਦਾ ਵੀ ਕੋਈ ਨਹੀਂ ਹੈਗਾ। ਉਹ ਫਿਰ ਐਂ ਦੇਖਣ ਲੱਗ ਜਾਂਦੇ ਜੱਜ ਜੀ ਨਹੀਂ, ਹੈ ਨਾ, ਜੱਜ ਦੀ ਜੀ ਨਹੀਂ ਮੇਰੇ ਮੂੰਹ ਉਹੋ ਜਿਹੀ ਗੱਲ। ਮੈਂ ਕੋਸ਼ਿਸ਼ ਕਰਦਾ ਕਈ ਵਾਰੀ। ਦੂਜੀ ਗੱਲ ਇਹ ਆ ਵੀ ਮੈਂ ਜ਼ਿਆਦਾ ਬੰਦਿਆਂ ਨਾਲ ਖੁੱਲਦਾ ਵੀ ਹੈ ਨਹੀਂ, ਅਤੇ ਮੈਂ ਤੁਹਾਨੂੰ ਪਤਾ ਹੀ ਆ ਥੋੜ੍ਹਾ ਰਿਜ਼ਰਵਡ ਕਿਸਮ ਦਾ ਨੇਚਰ ਆ। ਸੋ ਜਿਹੜਾ ਫਨ ਹੁਣ ਆਪਾਂ ਪਿੱਛੇ ਜੇ ਪ੍ਰਮੋਸ਼ਨਸ ਕੀਤੀਆਂ ਨੇ ਤੇ ਮੈਂ ਕਿੰਨਾ ਫਨ ਕੀਤਾ, ਹੋ ਸਕਦਾ ਤੁਹਾਨੂੰ ਘੱਟ ਲੱਗਿਆ ਹੋਵੇ, ਮੈਂ ਮੰਨਦਾ ਇਹ ਗੱਲ, ਪਰ ਤੁਹਾਡੇ ਅਕੋਰਡਿੰਗ ਤੁਸੀਂ ਬਹੁਤ ਫਨ ਕੀਤਾ, ਬਟ ਮੇਰੇ ਅਕੋਰਡਿੰਗ ਮੈਂ ਬਹੁਤ ਕੀਤਾ, ਹੈ ਨਾ। ਠੀਕ ਹੈ, ਤੇ ਉਹ ਚੀਜ਼ ਆ ਕਿ ਥੋੜਾ ਜਿਹਾ ਖੁੱਲਣ ਨੂੰ ਮੈਨੂੰ ਟਾਈਮ ਲੱਗਦਾ, ਮੈਂ ਬੰਦਾ ਦੇਖ ਕੇ ਥੋੜਾ ਜਿਹਾ ਖੁੱਲਦਾ, ਜੇ ਮੈਨੂੰ ਲੱਗਦਾ ਵੀ ਇਹਦੇ ਮੂਹਰੇ ਨਹੀਂ ਖੁੱਲਣਾ ਤਾਂ ਫਿਰ ਮੈਂ ਨਹੀਂ ਖੁੱਲਦਾ। ਮੇਰੇ ਖਿਆਲ 'ਚ ਨਾ ਸ਼ਾਇਦ ਉਹ ਵੈਸੇ ਹੀ ਐਵੇਂ ਫੀਲ ਹੋਣ ਲੱਗ ਜਾਂਦਾ ਕਿਉਂਕਿ ਜਦੋਂ ਕੋਈ ਬੰਦਾ ਬਹੁਤ ਸੀਰੀਅਸ ਹੋ ਕੇ ਐਵੇਂ ਬੈਠਾ ਹੋਵੇ ਤਾਂ ਐਵੇਂ ਲੱਗਣ ਲੱਗ ਜਾਂਦਾ, ਦੂਜੇ ਇਨਸਾਨ ਨੂੰ ਲੱਗਦਾ ਵੀ ਯਾਰ ਵੀ ਇੱਕ ਸੁਪੀਰੀਓਰਿਟੀ ਕੰਪਲੈਕਸ ਜੇ ਸ਼ਾਇਦ ਫੀਲ ਹੋਣ ਲੱਗ ਜਾਂਦਾ, ਮੇਬੀ ਤਾਂ ਕਰਕੇ ਇਦਾਂ ਲੱਗਦਾ। ਓਕੇ, ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ ਕਿ ਇਮੈਜਿਨ ਕਰੋ ਕਿ ਤੁਹਾਨੂੰ ਪਾਵਰ ਮਿਲਦੀ ਹੈ ਇੱਕ ਦਿਨ ਲਈ ਇਨਵਿਜ਼ਿਬਲ ਹੋਣ ਦੀ, ਅਤੇ ਉਹ ਸਾਰੇ ਦਿਨ ਦੇ ਵਿੱਚ ਤੁਹਾਡਾ ਰੂਟੀਨ ਕੀ ਹੋਊਗਾ ਫਿਰ? ਯਾਰ ਫਿਰ ਮੈਂ ਫੈਮਿਲੀ ਨਾਲ ਸਾਰੇ ਪਾਸੇ ਘੁੰਮੂੰਗਾ, ਉਹ ਥਾਂ ਜਿਹੜੀਆਂ ਥਾਂ 'ਤੇ ਮੈਂ ਪਹਿਲਾਂ ਇਸ ਫੀਲਡ ਦੇ ਵਿੱਚ ਆਉਣ ਤੋਂ ਪਹਿਲਾਂ ਘੁੰਮਦਾ ਹੁੰਦਾ ਸੀ, ਬਿਕੋਜ਼ ਮੈਨੂੰ ਨਾ ਥੋੜ੍ਹੀ ਜਿਹੀ ਦਿੱਕਤ ਹੁੰਦੀ ਆ, ਅੱਜ ਵੀ ਦਿੱਕਤ ਹੁੰਦੀ ਆ ਜੇ ਮੈਂ ਫੈਮਿਲੀ ਦੇ ਨਾਲ ਹਾਂ
ਤਾਂ ਫਿਰ ਮੈਂ ਥੋੜ੍ਹਾ ਜਿਹਾ ਇਨਸਿਕਿਓਰ ਜਿਹਾ ਜਾਂ ਕਹਿ ਲਓ ਵੀ ਇੱਦਾਂ ਫੀਲ ਕਰਦਾ ਕਿ ਮੇਰੀ ਉਹ ਸਪੇਸ ਆ ਜਿਹੜੀ ਉਹ ਡਿਸਟਰਬ ਨਾ ਹੋਵੇ। ਹੁਣ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ ਹੈ ਨਾ ਕਿਤੇ ਘੁੰਮਣ। ਹੁਣ ਮੈਂ ਪਿੱਛੇ ਜੇ ਅਸੀਂ ਘੁੰਮਣ ਗਏ ਫੈਮਿਲੀ ਦੇ ਨਾਲ ਕਸੌਲੀ ਗਏ ਸੀਗੇ ਅਤੇ ਉੱਥੇ ਤਾਂ ਮਤਲਬ ਬਹੁਤ ਔਖਾ ਹੋ ਗਿਆ ਕੰਮ, ਟਰੈਵਲ ਕਰਨਾ ਤੁਹਾਨੂੰ ਬੜਾ ਔਖਾ ਹੋ ਜਾਂਦਾ। ਸੋ ਉਹ ਚੀਜ਼ ਮੈਂ ਚਾਹੂੰਗਾ ਵੀ ਘੱਟੋ ਘੱਟ ਫੈਮਿਲੀ ਨੂੰ ਵੀ ਕਿਤੇ ਨਾ ਕਿਤੇ ਦਿਮਾਗ ਵੀ ਉਸ ਸਾਈਡ ਤੇ ਜਾਂਦਾ ਹੀ ਰਹਿੰਦਾ ਵੀ ਕੋਈ ਆ ਰਿਹਾ ਹੈ ਜਾਂ ਠੀਕ ਹੈ ਕੋਈ ਦੇਖ ਰਿਹਾ ਹੈ। ਗੱਡੀ ਪਿੱਛੇ ਇੱਕ ਫੋਲੋ ਕਰਨ ਲੱਗ ਗਈ ਸਾਨੂੰ ਕਸੌਲੀ ਤੋਂ। ਉਹ ਹੁਣ ਅੱਜ ਕੱਲ੍ਹ ਹਾਲਾਤ ਇੱਦਾਂ ਦੇ ਆ ਵੀ ਤੁਸੀਂ ਨਹੀਂ ਰੋਕ ਸਕਦੇ ਕਾਰ ਹੈ ਨਾ ਹਰ ਥਾਂ 'ਤੇ। ਸੋ ਉਹ ਚੀਜ਼ਾਂ ਹੈਗੀਆਂ ਨੇ, ਮਤਲਬ ਇਨਵਿਜ਼ੀਬਲ ਮੈਂ ਹੋ ਕੇ ਇਹੀ ਕੰਮ ਕਰੂੰਗਾ ਮੇਰੇ ਹਿਸਾਬ ਨਾਲ। ਠੀਕ ਹੈ ਜੀ, ਤਾਂ ਹੁਣ ਆਪਾਂ ਅਗਲਾ ਸਵਾਲ ਤੁਹਾਡੇ ਤੋਂ ਪੁੱਛਦੇ ਹਾਂ। ਹਮੇਸ਼ਾ ਇਹ ਕਿਹਾ ਜਾਂਦਾ ਕਿ ਕੁੜੀਆਂ ਲਈ ਬਹੁਤ ਔਖਾ ਹੈ ਇੰਡਸਟਰੀ 'ਚ ਸਰਵਾਈਵ ਕਰਨਾ, ਪਰ ਤੁਹਾਡੇ ਅਕੋਰਡਿੰਗ ਮੁੰਡਿਆਂ ਨੂੰ ਕੀ ਮੁਸ਼ਕਿਲਾਂ ਆਉਂਦੀਆਂ ਨੇ ਜੋ ਸ਼ਾਇਦ ਕਦੇ ਡਿਸਕਸ ਹੀ ਨਹੀਂ ਕੀਤੀਆਂ ਜਾਂਦੀਆਂ? ਮੁੰਡਿਆਂ ਨੂੰ ਸ਼ਾਇਦ ਇਹਦੇ ਤੋਂ ਓਪੋਜ਼ਿਟ ਦਿੱਕਤ ਆਉਂਦੀ ਹੈ। ਉਹ ਇਹ ਆਉਂਦੀ ਹੈ ਵੀ ਜਿਵੇਂ ਨਾ ਕੁੜੀਆਂ ਨੂੰ ਤਾਂ ਸਪੈਸ਼ਲ ਇੱਕ ਫਿਰ ਵੀ ਐਂਟਰੀ ਮਿਲ ਜਾਂਦੀ ਹੈ, ਮੈਨੂੰ ਐਂ ਲੱਗਦਾ ਪਰਸਨਲੀ, ਜੋ ਪਲੱਸ ਆ ਕੁੜੀਆਂ ਲਈ। ਕੰਪੀਟੀਸ਼ਨ ਥੋੜ੍ਹਾ ਜਿਹਾ ਘੱਟ ਆ ਐਜ਼ ਕੰਪੇਅਰ ਟੂ ਮੁੰਡਿਆਂ ਦੇ ਮੁਕਾਬਲੇ। ਹੁਣ ਜਦੋਂ ਮੁੰਡਿਆਂ ਨੇ ਕਿਸੇ ਨੇ ਚਾਹੇ ਐਜ਼ ਅ ਸਿੰਗਰ ਆਉਣਾ ਚਾਹੇ ਐਜ਼ ਐਨ ਐਕਟਰ ਆਉਣਾ ਤਾਂ ਕੰਪੈਰੀਜ਼ਨਸ ਬਹੁਤ ਨੇ, ਕੰਪੀਟੀਸ਼ਨ ਬਹੁਤ ਜ਼ਿਆਦਾ। ਕੁੜੀਆਂ ਦੇ ਕੇਸ 'ਚ ਕੰਪੀਟੀਸ਼ਨ ਥੋੜਾ ਕੰਪੈਰੀਟਿਵਲੀ ਘੱਟ ਆ। ਸੋ ਮੈਨੂੰ ਐ ਲੱਗਦਾ ਵੀ ਉਹ ਉਸ ਕੇਸ ਦੇ ਵਿੱਚ ਸਟਰਗਲ ਥੋੜੀ ਜੀ ਮੁੰਡਿਆਂ ਨੂੰ ਜ਼ਿਆਦਾ ਕਰਨੀ ਪੈਂਦੀ ਆ ਐਸ ਕੰਪੇਅਰ ਟੂ ਕੁੜੀਆਂ ਦੇ। ਤੇ ਉਤੋਂ ਇਹ ਵੀ ਗੱਲ ਹੈ ਨਾ ਕਿ ਵੀ ਐਸ ਐਕਟਰ ਸਿਰਫ ਡਾਇਰੈਕਟਲੀ ਕਿਸੇ ਮੁੰਡੇ ਵਾਸਤੇ ਆਉਣਾ ਕਿੱਡਾ ਵੱਡਾ ਔਖਾ ਕੰਮ ਹੈਗਾ, ਜਦਕਿ ਕੁੜੀਆਂ ਐਸ ਐਨ ਐਕਟਰ ਆਈਆਂ ਨੇ ਆ ਵੀ ਸਕਦੀਆਂ ਨੇ। ਬਟ ਉਹੀ ਲੇਕਿਨ ਫਿਰ ਕੁੜੀਆਂ ਵਿੱਚ ਐਵੇਂ ਆ ਜਾਂਦੇ ਵੀ ਜ਼ਿਆਦਾਤਰ ਮੰਨਿਆ ਜਾਂਦਾ ਹੈਗਾ ਕਿ ਕੁੜੀ ਜੇ ਪਹਿਲਾਂ ਐਜ਼ ਅ ਮਾਡਲ ਆ ਜਾਂਦੀ ਹੈ ਤਾਂ ਉਹ ਐਜ਼ ਐਕਟਰ ਬਹੁਤ ਘੱਟ ਆ, ਆਲਮੋਸਟ ਨਾ ਬਰਾਬਰ ਹੀ ਚਾਂਸਿਸ ਹੁੰਦੇ ਨੇ ਕਿ ਉਹਨੂੰ ਐਜ਼ ਐਨ ਐਕਟਰ ਰੈਕੋਗਨੀਸ਼ਨ ਮਿਲੇਗੀ। ਆਪਣੀ ਲਾਈਫ 'ਚ ਇੱਕ ਸ਼ਖਸ ਜ਼ਰੂਰ ਹੁੰਦਾ ਹੈ ਜਿਹਦੇ ਨਾਲ ਆਪਾਂ ਲੜਦੇ ਹਾਂ, ਝਗੜਦੇ ਹਾਂ, ਜਿਹਨੂੰ ਬਹੁਤਾ ਮਨਾਉਣ ਦੀ ਲੋੜ ਵੀ ਨਹੀਂ ਪੈਂਦੀ ਅਤੇ ਆਪਣੀਆਂ ਸਾਰੀਆਂ ਗੱਲਾਂ ਉਹਦੇ ਨਾਲ ਸ਼ੇਅਰ ਕਰਦੇ ਹਾਂ। ਤੁਹਾਡੀ ਲਾਈਫ 'ਚ ਇਹਦਾ ਸ਼ਖਸ ਕੌਣ ਹੈ? ਮੇਰਾ ਦੋਸਤ ਆ, ਅਸੀਂ ਇਕੱਠੇ ਪੜ੍ਹੇ ਹਾਂ ਸਕੂਲ ਟਾਈਮ ਤੋਂ ਹੀ, ਛੋਟੇ ਹੁੰਦੇ ਤੋਂ। ਇੰਦਰਪਾਲ ਨਾਮ ਆ ਉਹਦਾ, US 'ਚ ਆ ਹੁਣ। ਅਤੇ ਮੈਨੂੰ ਐਂ ਲੱਗਦਾ ਵੀ ਕੋਈ ਇਹੋ ਜਿਹੀ ਗੱਲ ਜਾਂ ਕੋਈ ਇਹੋ ਜਿਹਾ ਰਾਜ਼ ਨਹੀਂ ਹੈਗਾ ਜਿਹੜਾ ਉਹਨੂੰ ਨਹੀਂ ਪਤਾ ਹੋਊਗਾ। ਪਲੱਸ ਸਾਡੀ ਜ਼ਿੰਦਗੀ 'ਚ ਇੱਦਾਂ, ਮੇਰਾ ਸੀਨੀਅਰ ਸੀ ਉਹ, ਸਾਡੀ ਜ਼ਿੰਦਗੀ 'ਚ ਇੱਦਾਂ ਹੋਇਆ ਕਿ ਜਿਹੜੀ ਸਟ੍ਰੀਮ ਉਹਨੇ ਫੋਲੋ ਕੀਤੀ, ਜਿਹੜੇ ਸਕੂਲ 'ਚ ਉਹ ਮੇਰੇ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਗਿਆ, ਚਾਹੁੰਦੇ ਜਾਂ ਨਾ ਚਾਹੁੰਦੇ ਮੈਂ ਵੀ ਉਹਦੇ ਪਿੱਛੇ ਪਿੱਛੇ ਉਵੇਂ ਗਿਆ, ਚਾਹੇ ਮੈਂ ਚਾਹਾਂ ਚਾਹੇ ਨਾ ਚਾਹਾਂ। ਅਤੇ ਉਹ ਕਈ ਵਾਰੀ ਇਹ ਮਜ਼ਾਕ ਕਰਦਾ ਹੁੰਦਾ, ਹੁਣ ਉਹ US 'ਚ ਆ, ਕਹਿੰਦਾ ਹੁਣ ਬਸ ਇਹ ਚੀਜ਼ ਰਹਿ ਗਈ ਵੀ US ਆਉਣਾ ਰਹਿ ਗਿਆ ਤੇਰਾ, ਵੀ ਜੇ ਉਹ ਚੀਜ਼ ਹੁਣ ਪ੍ਰੂਵ ਹੋ ਗਈ ਸਾਡੀ ਜੋ ਲੜੀ ਹੁਣ ਇੰਨੇ ਸਾਲਾਂ ਦੀ ਚੱਲਦੀ ਆ ਰਹੀ ਆ, ਵੀ ਤੂੰ US ਵੀ ਮੇਰੇ ਕੋਲ ਜ਼ਰੂਰ ਆਏਗਾ। ਨਹੀਂ ਤੇ ਤੁਸੀਂ ਨਹੀਂ ਉਹਨਾਂ ਨੂੰ ਕਿਹਾ ਕਿ ਤੂੰ ਮੇਰੇ ਪਿੱਛੇ ਪਿੱਛੇ ਇੰਡਸਟਰੀ 'ਚ ਆ ਜਾ? ਉਹ ਬਹੁਤ ਵਧੀਆ ਐਕਟਰ ਐਕਚੁਅਲੀ, ਜਦੋਂ ਉਹ ਇੰਜੀਨੀਅਰਿੰਗ ਕਰਦਾ ਹੁੰਦਾ ਸੀ ਨਾ, ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਆ ਜਿਹੜਾ ਫਤਿਹਗੜ੍ਹ ਸਾਹਿਬ, ਉਹ ਬੈਸਟ ਐਕਟਰ ਰਿਹਾ PTU। ਫਿਰ ਤਾਂ ਤੁਹਾਡਾ ਬਣਦਾ ਵੀ, ਦੇਖੋ ਅਗਲੀ ਆਪਦੀ ਫਿਲਮ ਜਿਹੜੀ ਪ੍ਰੋਡਿਊਸ ਕਰੋਗੇ ਉਹਦੇ ਵਿੱਚ ਆਪਦੇ ਬੈਸਟ ਫਰੈਂਡ ਨੂੰ ਕੋਈ ਬਹੁਤ ਹੀ ਇੰਪੋਰਟੈਂਟ ਕ੍ਰੂਸ਼ੀਅਲ ਰੋਲ ਦਿਓ ਤੇ ਨਾਲੇ ਤੁਸੀਂ ਇਕੱਠੇ ਹੋ ਜਾਓਗੇ ਫਿਰ। ਨਹੀਂ ਉਹ ਤਾਂ ਹੈਗਾ ਹੀ ਆ, ਉਹ ਤਾਂ ਪਰ ਮੈਨੂੰ ਐਂ ਹੁੰਦਾ ਨਾ ਧੱਕਾ ਵੀ ਨਾ ਕਰੀਏ ਆਪਾਂ ਕਰੈਕਟਰ ਨਾਲ ਤੇ ਐਕਟਰ ਨਾਲ। ਨਹੀਂ ਤੁਸੀਂ ਕੈਰੈਕਟਰ ਹੀ ਇਹੋ ਜਿਹਾ ਲੱਭ ਲਓਗੇ ਨਾ ਵੀ ਜਿਹ 'ਚ ਫਿੱਟ ਬੈਠ ਜਾਏ। ਧੱਕਾ ਨਹੀਂ ਨਾ ਕਰਦੇ ਆਪਾਂ ਵੀ, ਕਰੈਕਟਰ ਜਾਣ ਬੁੱਝ ਕੇ ਪਲਾਨ ਕਰੀਏ। ਇਹ ਵੀ ਹੈ, ਸਹੀ ਗੱਲ ਹੈ। ਅੱਛਾ ਮੈਂ ਅਗਲਾ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਕੋਈ ਉਹੋ ਜਿਹੀ ਤਿੰਨ ਗੱਲਾਂ ਦੱਸੋ ਕਿ ਜੋ ਤੁਹਾਡੇ ਆਉਣ ਵਾਲੇ ਲਾਈਫ ਦੇ ਵਿੱਚ ਜੇ ਟਾਈਮ ਆਉਣ 'ਤੇ ਘਟਣ ਤਾਂ ਤੁਸੀਂ ਕਹਿ ਸਕੋ ਵੀ ਹਰਦੀਪ ਨਜ਼ਾਰਾ ਆ ਗਿਆ। ਨਹੀਂ ਘਟਣ ਦੇ ਮਾਮਲੇ ਤਾਂ ਫਿਰ ਇਹੀ ਆ ਵੀ ਮੈਂ ਚਾਹੁੰਦਾ ਵੀ ਸੋਸ਼ਲ ਮੀਡੀਆ ਘੱਟ ਜਾਵੇ ਇੱਕ ਤਾਂ, ਹੈ ਨਾ, ਉਹਦੇ 'ਤੇ ਕੰਮ ਹੀ ਘੱਟ ਜਾਵੇ। ਮਤਲਬ ਤੁਸੀਂ ਕਨੈਕਟਡ ਆਡੀਅੰਸ ਨਾਲ ਉਵੇਂ ਹੋ ਜਾਓ ਜਿਵੇਂ ਪੁਰਾਣੇ ਸਮੇਂ ਦੇ ਕਲਾਕਾਰ ਹੁੰਦੇ ਸੀ, ਹੈ ਨਾ, ਫਿਜ਼ੀਕਲੀ ਕਹਿ ਲਓ ਜਾਂ ਵੈਸੇ ਫੇਸ ਟੂ ਫੇਸ, ਹੈ ਨਾ, ਮਤਲਬ ਸੋਸ਼ਲ ਮੀਡੀਆ ਘੱਟ ਜਾਵੇ। ਦੂਸਰੀ ਚੀਜ਼ ਵੈਸੇ ਤਾਂ ਮੇਰੇ ਮਾਮਲੇ 'ਚੋਂ ਪਹਿਲਾਂ ਤੋਂ ਹੀ ਘਟੀ ਹੋਈ ਆ, ਮੈਂ ਕਦੇ ਉਹਦੇ ਵੱਲ ਧਿਆਨ ਨਹੀਂ ਦਿੱਤਾ, ਉਹ ਹੈਗੀ ਆ ਤੁਹਾਡੀ ਅਪੀਅਰੈਂਸ ਜਾਂ ਫੈਸ਼ਨ ਸੈਂਸ। ਮਤਲਬ ਮੇਰੇ ਤਾਂ ਸਿਰ 'ਚ 100 ਘੜਾ ਪਾਣੀ ਦਾ ਪੈ ਜਾਂਦਾ ਜਦੋਂ ਮੈਨੂੰ ਤਿਆਰ ਹੋਣਾ ਪੈਂਦਾ, ਮਤਲਬ ਬਹੁਤ ਟਫ ਟਾਸਕ ਆ ਮੇਰੇ ਲਈ, ਹੈ ਨਾ। ਅਤੇ ਤੀਸਰੀ ਚੀਜ਼ ਮੈਨੂੰ ਐਂ ਲੱਗਦਾ ਵੀ ਹੇਟ ਜਿਹੜੀ ਆ, ਹੈ ਨਾ, ਬਹੁਤ ਜ਼ਿਆਦਾ ਵੱਧ ਗਈ। ਖੈਰ ਉਹ ਸਿਰਫ ਆਪਣੀ ਇੰਡਸਟਰੀ ਦੀ ਨਹੀਂ ਗੱਲ, ਮੈਨੂੰ ਲੱਗਦਾ ਦੁਨੀਆਂ ਦੇ ਵਿੱਚ ਹੀ ਹੇਟ ਬਹੁਤ ਵਧੀ ਹੋਈ ਆ, ਤੇ ਉਹ ਜੇ ਥੋੜੀ ਜੀ ਘੱਟ ਜਾਵੇ ਨਾ, ਮੈਨੂੰ ਲੱਗਦਾ ਚੰਗੀ ਹੋ ਜੂਗੀ ਦੁਨੀਆ, ਫਿਰ ਥੋੜੀ ਜੀ ਪੋਜ਼ਿਟਿਵ ਹੋ ਜੂ। ਬਹੁਤ ਚੰਗੀ ਤੇ ਨੇਕ ਸੋਚ ਹੈ ਤੁਹਾਡੀ, ਦੇਖੋ ਬਿਲਕੁਲ ਮੰਨਣਾ ਪਊਗਾ ਇਸ ਗੱਲ ਨੂੰ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਚਲੋ ਹੁਣ ਆਪਾਂ ਅਗਲੇ ਸਵਾਲ ਤੇ ਕੰਟੀਨਿਊ ਕਰਦੇ ਹਾਂ, ਇਹ ਲਾਸਟ ਸਵਾਲ ਹੈ। ਹਾਂਜੀ, ਲਾਸਟ ਸਵਾਲ ਇਹ ਹੈ ਕਿ ਤੁਹਾਡੇ ਫੈਨਸ ਲਈ ਕੋਈ ਘੈਂਟ ਜਿਹਾ ਗੀਤ ਹੋ ਜਾਵੇ। ਲੱਡੂ ਬਰਫੀ ਖਾਣੇ ਦੇ ਵਿੱਚ ਆਉਂਦਾ ਏ ਮਜ਼ਾ, ਛੇਤੀ ਉੱਠਣਾ ਭੱਜਣਾ ਨੱਠਣਾ ਏ ਤਾਂ ਏ ਸਜ਼ਾ, ਪਾਪੀ ਪੇਟ ਦੀ ਖਾਤਰ ਦੁਨੀਆ ਭੱਜੀ ਫਿਰਦੀ ਆ,
ਇਹਨੂੰ ਖਾਲੀ ਰੱਖਣ ਦੀ ਕੋਈ ਇੱਕ ਤਾਂ ਹੋਊ ਵਜ੍ਹਾ ਹਾਏ ਰੱਬਾ ਵੇ ਕਾ ਤੂੰ ਮੂੰਹ ਦਿੱਤਾ ਹੋਏ ਇਹ ਖੂਹ ਦਿੱਤਾ ਹੋਏ ਜਿਹੜਾ ਭਰਦਾ ਹੀ ਨਹੀਂ ਠੰਡ ਚ ਕੋਟੀ ਬਿਨਾਂ ਯਾਰ ਦਾ ਰੋਟੀ ਬਿਨਾਂ ਸੱਚ ਦੱਸਾਂ ਤਾਂ ਜਮਾਂ ਸਰਦਾ ਹੀ ਨਹੀਂ ਇੱਕ ਇਹਦੇ 'ਚ ਲੈ ਨਾ ਗਾਣੇ ਦੇ ਵਿੱਚ ਕਿ ਤੀਵੀਂ ਦਾ ਬੋਲਿਆਂ ਬਿਨਾਂ ਨਾਨ ਦਾ ਛੋਲਿਆਂ ਬਿਨਾਂ ਸੱਚ ਦੱਸਾਂ ਤਾਂ ਜਮਾਂ ਸਰਦਾ ਨਹੀਂ ਇਹ ਵੀ ਨੋਟ ਕਰਨ ਵਾਲੀ ਲਾਈਨ ਆ ਸਪੈਸ਼ਲ ਮੰਨੀ ਗੱਲ ਹਾਂਜੀ ਖਤਮ ਹੋ ਗਏ ਸਵਾਲ ਤੁਹਾਡੇ ਹਾਂਜੀ ਮੇਰੇ ਸਵਾਲ ਖਤਮ ਨੇ ਤੁਸੀਂ ਆਪਦੇ ਕੰਟੀਨਿਊ ਕਰ ਸਕਦੇ ਹੋ ਹੁਣ ਹਰਦੀਪ ਮੈਨੂੰ ਜੇ ਨਾਓ ਓਵਰ ਟੂ ਯੂ ਹੁਣ ਬੋਲੂਗੇ ਤਾਂ ਹੀ ਕਰੂੰ ਇਨਸਟਰਕਸ਼ਨ ਮਿਲ ਗਈ ਹੁਣ ਤੁਸੀਂ ਕਰੋ ਜੀ ਕੰਟੀਨਿਊ ਨਾਓ ਓਵਰ ਟੂ ਮੀ ਰੈਡੀ ਚਲੋ ਹੁਣ ਮੇਰਾ ਪਹਿਲਾ ਸਵਾਲ ਇਹ ਆ ਦੱਸੋ ਜੀ ਹੁਣ ਸਪੋਜ਼ ਕਰੋ ਕੱਲ੍ਹ ਵਾਲਾ ਦਿਨ ਜਿਹੜਾ ਹੁਣ ਕੱਲ੍ਹ ਚੜ੍ਹਨਾ ਉਹ ਤੁਸੀਂ ਆਪਣੇ ਹਿਸਾਬ ਨਾਲ ਬਣਾਉਣਾ ਹੋਵੇ ਯਾਨੀ ਉਹਦੇ 'ਚ ਕਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਆਪਣੀ ਮਰਜ਼ੀ ਦੇ ਨਾਲ ਜਾਂ ਗੱਲਾਂ ਕਹਿ ਲਓ ਜਾਂ ਕੁਛ ਇੱਦਾਂ ਦੀ ਐਕਟੀਵਿਟੀ ਤੁਸੀਂ ਕਹਿ ਲਓ ਜਿਹੜੀਆਂ ਕਰਨੀ ਚਾਹੁੰਦੀ ਹੋ ਉਸ ਆਪਣੇ ਤਰੀਕੇ ਬਣਾਉਣਾ ਚਾਹੁੰਦਾ ਹੋਵੇ ਕੱਲ੍ਹ ਦਾ ਦਿਨ ਮਤਲਬ ਮੈਂ ਉਹਦੇ ਵਿੱਚ ਆਪਣੀ ਵਿਸ਼ਿਜ਼ ਵੀ ਇੰਕਲੂਡ ਕਰ ਸਕਦੀ ਹਾਂ ਕੁਛ ਵੀ ਕੱਲ੍ਹ ਦਾ ਦਿਨ ਇੱਦਾਂ ਹੋਣਾ ਚਾਹੀਦਾ ਐਂ ਹੋਵੇ ਸਾਰਾ ਕੁਛ ਮੈਂ ਚਾਹੁੰਦੀ ਹਾਂ ਕਿ ਕੱਲ੍ਹ ਨੂੰ ਮੈਂ ਪਹਿਲਾਂ ਤਾਂ ਆਰਾਮ ਨਾਲ ਉੱਠਾਂ 11 ਵਜੇ ਤੱਕ ਨਵੀਂ ਗੱਲ ਕਿਹੜੀ ਹੈ ਨਵੀਂ ਗੱਲ ਨਹੀਂ ਹੈ ਇਹ ਪਰ ਜਿਵੇਂ ਹੁਣ ਅੱਜ ਥੋੜਾ ਜਲਦੀ ਸ਼ੁਰੂਆਤ ਹੀ ਬੜੀ ਫੇਰ ਕੀ ਹੋ ਗਿਆ ਦੱਸ ਕੋਈ ਗੱਲ ਨਹੀਂ ਆਈ ਕੀ ਤੀਰ ਮਾਰਿਆ ਯਾਰ ਹੁਣ ਜੇ ਮੈਂ ਆਪਣੀ ਵਿਸ਼ਿਜ਼ ਦੱਸ ਰਹੀ ਹਾਂ ਨਹੀਂ ਪਰ ਇਹ ਵਿਸ਼ ਨਹੀਂ ਨਾ ਹੋਈ ਇਹ ਤਾਂ ਤੁਸੀਂ ਕਰਦੇ ਰਹਿੰਦੇ ਹੋ ਇੱਧਰ ਉੱਧਰ ਪਹਿਲਾਂ ਅੱਗੇ ਪਿੱਛੇ ਮੈਂ ਆਪਣੀ ਡਿਜ਼ਾਇਰ ਨਾਲ ਬਣਾਉਣਾ ਨਾ ਦਿਨ ਤਾਂ ਉਹਦੀ ਸ਼ੁਰੂਆਤ ਤੋਂ ਸਹੀ ਹੋਣਾ ਚਾਹੀਦਾ ਹੈ ਟਾਈਮ ਨਾਲ ਉੱਠੋ ਪੂਰਾ ਦਿਨ ਥੋੜੀ ਮਤਲਬ ਕੁਝ ਘੰਟੇ ਨੇ ਤੁਹਾਡੇ ਕੋਲ ਉਹਦੇ 'ਚ ਚੀਜ਼ਾਂ ਇਹ ਜਿਹੀਆਂ ਸੋ ਤਾਂ ਸਹੀ ਅੱਗੇ ਜੇ ਉੱਠੇ 3 ਵਜੇ ਦਿਨ ਕੀ ਰਹਿ ਜਾਂਦਾ 3 ਵਜੇ ਨਹੀਂ ਮੈਂ 11 ਕਿਹਾ ਚਲੋ 11 ਵਜੇ ਅੱਛਾ ਮੈਂ 11 ਵਜੇ ਉੱਠਾਂ ਠੀਕ ਹੈ ਉੱਠ ਕੇ ਮੈਂ ਸਭ ਤੋਂ ਪਹਿਲਾਂ ਕਾਫੀ ਪੀਣੀ ਹੁੰਦੀ ਆਪਣੀ ਵਧੀਆ ਸਵਾਦ ਜੀ ਕਾਫੀ ਨਵੀਂ ਗੱਲ ਮੈਨੂੰ ਇਹ ਵੀ ਨਵੀਂ ਨਹੀਂ ਲੱਗੀ ਗਈ ਹਾਂ ਕਾਫੀ ਪੀ ਕੇ ਫਿਰ ਜਦੋਂ ਮੈਂ ਆਪਣਾ ਫੋਨ ਖੋਲਾਂ ਨਾ ਤਾਂ ਮੈਨੂੰ ਪਤਾ ਲੱਗ ਜੇ ਕਿ ਮੇਰਾ ਇੰਗਲੈਂਡ ਦਾ ਵੀ ਵੀਜ਼ਾ ਆ ਗਿਆ ਮੇਰਾ ਕੈਨੇਡਾ ਦਾ ਵੀ ਵੀਜ਼ਾ ਆ ਗਿਆ ਠੀਕ ਹੈ ਤੇ ਮੈਂ ਖੁਸ਼ ਹੋ ਜਾਂ ਪੂਰੀ ਠੀਕ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਂ ਫਿਰ ਉਸ ਤੋਂ ਬਾਅਦ ਬਸ ਕਹਾਣੀ ਖਤਮ ਹਾਂ ਵੀ 11 ਵਜੇ ਉੱਠ ਕੇ ਕਾਫੀ ਪੀ ਕੇ ਵੀਜ਼ਾ ਆ ਜਾਵੇ ਹਾਂ ਤੇ ਉਹਦੇ ਲਈ ਸਾਰੇ ਦਿਨ ਦੀ ਤਾਂ ਲੋੜ ਨਹੀਂ ਵੈਸੇ ਮੇਰੇ ਹਿਸਾਬ ਨਾਲ ਇਹ ਫਿਰ ਖੁਸ਼ੀ ਤਾਂ ਸਾਰੇ ਦਿਨ ਰਹੂਗੀ ਨਾ ਮੈਂ ਸਾਰਾ ਦਿਨ ਉਹ ਖੁਸ਼ੀ ਨੂੰ ਮਨਾਉਂਗੀ ਫਿਰ ਸ਼ਾਇਦ ਮੈਂ ਲੰਚ ਖੁਦ ਕੁੱਕ ਕਰ ਲਵਾਂ ਖੁਸ਼ੀ ਖੁਸ਼ੀ ਦੇ ਵਿੱਚ ਫਿਰ ਅਸੀਂ ਸ਼ਾਮ ਨੂੰ ਮੂਵੀ ਦੇਖਣ ਚੱਲ ਜਾਈਏ ਮੈਂ ਆਪਣੇ ਫਰੈਂਡਸ ਨਾਲ ਟਾਈਮ ਸਪੈਂਡ ਕਰਾਂ ਕਿਹੜੀ ਮੂਵੀ ਦੇਖਣ ਜਾਓਗੇ ਮੂਵੀ ਕਿਹੜੀ ਦੇਖਣ ਜਾਊਂਗੀ ਇਹ ਨਹੀਂ ਵੈਸੇ ਮੈਂ ਸੋਚਿਆ ਹੈਗਾ ਪਰ ਵੈਸੇ ਹੀ ਚਲੋ ਫਿਰ ਉਹ ਵੀ ਐਂ ਕਹਿ ਲਓ ਵੀ ਆਪਣੀ ਮੂਵੀ ਆਪ ਹੀ ਬਣਾ ਕੇ ਆਪ ਹੀ ਦੇਖਣ ਚਲੇ ਜਾਊਂਗੇ ਨਹੀਂ ਨਹੀਂ ਆਏ ਨਹੀਂ ਆਏ ਜਾਂ ਕੁਝ ਨਹੀਂ ਬਾਕੀ ਸੀਰੀਜ਼ ਦੇਖਾਂ ਆਰਾਮ ਨਾਲ ਬੈਠ ਕੇ ਰਿਲੈਕਸ ਜਿਹਾ ਹੋ ਕੇ ਦਿਨ ਮੈਂ ਲਾ ਲਿਆ ਮੈਂ ਹਿਸਾਬ ਇੱਕ ਚੀਜ਼ ਦਾ ਵੀ ਇਲਜ਼ਾਮ ਮੇਰੇ ਤੇ ਹੀ ਲੱਗਦਾ ਹੈਗਾ ਤੁਹਾਡਾ ਵੀ ਐਸਾ ਵੈਸੀ ਹੈ ਸਿਸਟਮ ਨਹੀਂ ਠੀਕ ਹੈ ਠੀਕ ਹੈ ਜਿਹੜੀਆਂ ਸੀਰੀਜ਼ ਦੇਖਣੀਆਂ ਜਾਂ ਲੇਟ ਉੱਠਣਾ ਜਾਂ ਕਾਫੀ ਪੀਣੀ ਤੇ ਇਹ ਚੀਜ਼ਾਂ ਤਾਂ ਮੇਲਾ ਦਾ ਪਾਰਟ ਆਫ ਯੂਅਰ ਡੇਲੀ ਰੂਟੀਨ ਨਹੀਂ ਬਟ ਆਈ ਲਾਈਕ ਮਾਈ ਡੇਲੀ ਰੂਟੀਨ ਰੂਟੀਨ ਹੈਜ਼ ਅ ਬਿਊਟੀ ਇਨ ਇਟਸੈਲਫ ਇਹ ਤੁਹਾਨੂੰ ਮੰਨਣਾ ਚਾਹੀਦਾ ਨਹੀਂ ਉਹ ਠੀਕ ਆ ਮੈਂ ਐਕਸੈਪਟ ਕਰ ਲਈ ਗੱਲ ਦੇ ਵਿੱਚ ਹੀ ਬਸ ਹੁਣ ਮੈਂ ਹੁਣ ਮੇਰੇ ਤੇ ਇਲਜ਼ਾਮ ਨਹੀਂ ਲੱਗਣਾ ਚਾਹੀਦਾ ਵੀ ਯੋਰ ਰੂਟੀਨ ਹੀ ਹੈ ਯੋਰ ਲਾਈਫ ਸਟਾਈਲ ਇਜ਼ ਰੈਗੂਲਰ ਜਾਂ ਨਾਰਮਲ ਤੁਹਾਡਾ ਵੀ ਉਦਾਂ ਦਾ ਹੀ ਹਿਸਾਬ ਤਾਂ ਨਹੀਂ ਮੈਂ ਨਹੀਂ ਤਾਂ ਮੈਂ ਇਹ ਚੀਜ਼ ਇੰਕਲੂਡ ਕਰ ਸਕਦੀ ਸੀਗੀ ਕਿ ਮੈਂ ਆਪਣੇ ਫਰੈਂਡਸ ਦੇ ਨਾਲ ਟ੍ਰੈਂਪੋਲਿਨ ਪਾਰਕ ਦਾ ਪਲਾਨ ਬਣਾਉਂਦੀ ਪਰ ਉਹ ਮੈਂ ਪਿਛਲੇ ਕੱਲ੍ਹ 'ਚ ਜਾਇਆ ਹੀ ਨਹੀਂ ਤਾਂ ਮੈਂ ਇੱਦਾਂ ਆਪਣਾ ਦਿਨ ਸਪੈਂਡ ਕਰ ਲੈਂਦੀ ਠੀਕ ਹੈ ਠੀਕ ਹੈ ਅੱਛਾ ਬਹੁਤ ਅੱਛਾ ਚਲੋ ਅਗਲਾ ਸਵਾਲ ਇੱਕ ਰਿਸਰਚ ਸਾਹਮਣੇ ਆਇਆ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਰੁੱਸਣ ਵਾਲੇ ਅਤੇ ਮਨਾਉਣ ਵਾਲੇ ਠੀਕ ਹੈ ਹੁਣ ਸਾਨੂੰ ਇਹ ਦੱਸੋ ਵੀ ਹਸ਼ਨੀਨ ਜਦੋਂ ਰੁੱਸਦੀ ਆ ਉਹ ਰੁੱਸਣ ਦੀ ਹੱਦ ਕੀ ਹੁੰਦੀ ਆ ਤੇ ਜਦੋਂ ਮਨਾਉਂਦੀ ਆ ਕਿਸੇ ਨੂੰ ਤਾਂ ਉਹਦੀ ਹੱਦ ਕੀ ਆ ਮਤਲਬ ਕਿਸ ਹੱਦ ਤੱਕ ਤੁਸੀਂ ਰੁੱਸ ਸਕਦੇ ਹੋ ਕਿਸ ਹੱਦ ਤੱਕ ਕਿਸੇ ਨੂੰ ਮਨਾਉਣ ਦੀ ਹੱਦ ਤੱਕ ਜਾ ਸਕਦੇ ਮੈਂ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਐਕਸਟ੍ਰੀਮ ਕਰ ਸਕਦੀ ਹਾਂ ਵੀ ਰੁੱਸਣਾ ਵੀ ਪੂਰਾ ਵੀ ਬਿਲਕੁਲ ਹੀ ਇੱਦਾਂ ਮੈਨੂੰ ਰੁੱਸਣਾ ਨਾ ਵੈਸੇ ਬਹੁਤ ਚੰਗਾ ਲੱਗਦਾ ਮੈਨੂੰ ਮਤਲਬ ਇਹ ਚੰਗਾ ਲੱਗਦਾ ਕਿ ਜਦੋਂ ਮੈਨੂੰ ਮਨਾਇਆ ਜਾਵੇ ਨਾ ਮੈਨੂੰ ਬਹੁਤ ਬੜੀ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਉਸ ਚੀਜ਼ ਜਾਲੀ ਜਾਲੀ ਵੀ ਰੁੱਸ ਜਾਂਦਾ ਹਾਂ ਕਦੇ ਕਦੇ ਮੈਂ ਛੋਟੀ ਛੋਟੀ ਗੱਲਾਂ ਤੇ ਉਹ ਵੀ ਰੁੱਸ ਜਾਂਦੀ ਹੁੰਨੀ ਆ ਮਤਲਬ ਜਿਹੜੇ ਮੇਰੇ ক্লোਜ਼ ਹੁੰਦੇ ਨੇਗੇ ਉਹਨਾਂ ਨਾਲ ਠੀਕ ਹੈ ਕਿ ਬਸ ਮੈਨੂੰ ਮਨਾਓ ਹੁਣ ਵੀ ਮੈਨੂੰ ਪੈਂਪਰ ਜਾਂ ਕਰੀ ਜਾਓ ਤਾਂ ਉਹ ਚੀਜ਼ ਮੈਨੂੰ ਬਹੁਤ ਪਸੰਦ ਹੈ ਤੇ ਉਦਾਂ ਮਤਲਬ ਛੋਟਾ ਜਿਹਾ ਜਦੋਂ ਮੈਂ ਰੁੱਸਦੀ ਹੋਈ ਰਹਿੰਦੀ ਆ ਮਨਾਉਣ ਦੇ ਵਿੱਚ ਮੈਨੂੰ ਐਂ ਲੱਗਦਾ ਕਿ ਜਦੋਂ ਮੈਨੂੰ ਪਤਾ ਹੈ ਕਿ ਮੇਰੀ ਗਲਤੀ ਹੈ ਤੇ ਮੇਰੇ ਤੋਂ ਗਲਤੀ ਹੋਗੀ ਤੇ ਹੁਣ ਮੈਂ ਇਹਨੂੰ ਠੀਕ ਕਰਨਾ ਫੇਰ ਤਾਂ ਮੈਂ ਕਿਸੇ ਵੀ ਲਿਮਿਟ ਤੱਕ ਜਾ ਕੇ ਮਨਾਉਂਗੀ ਚਲੋ ਠੀਕ ਹੈ ਜੀ ਅਗਲਾ ਸਵਾਲ ਬੜਾ ਇੰਪੋਰਟੈਂਟ ਸਵਾਲ ਹੈ ਅੱਛਾ ਜੀ ਹਾਂ ਇਹ ਤੁਹਾਨੂੰ 1 ਕਰੋੜ ਰੁਪਈਆ ਨਹੀਂ ਜਿਤਾਊਗਾ ਵੈਸੇ ਬੜਾ ਇੰਪੋਰਟੈਂਟ ਹੈ ਤੁਹਾਨੂੰ ਕਿੱਦਾਂ ਦਾ ਤੁਹਾਡਾ 10,000 ਨਾਲ ਬਣਨਾ ਕੀ ਹੈ ਕਿੱਦਾਂ ਦਾ ਮੁੰਡਾ ਤੁਹਾਨੂੰ ਚਾਹੀਦਾ ਤੁਹਾਡੀ ਲਾਈਫ ਦੇ ਵਿੱਚ ਹਾਂਜੀ ਐਂ ਤੁਹਾਨੂੰ ਕੀ ਲੱਗਦਾ ਕਿ ਪਾਰਟਨਰ ਸੇਮ ਪ੍ਰੋਫੈਸ਼ਨ ਦਾ ਹੋਣਾ ਚਾਹੀਦਾ ਜਾਂ ਵੱਖਰੇ ਦਾ ਇਹ ਕੁਐਸਚਨ ਵੈਸੇ ਬਹੁਤ ਵੈਲਿਡ ਜਾਂ ਹੈਗਾ ਸੁਣਨ ਵਾਲੇ ਸਾਡੇ ਦਰਸ਼ਕ ਇਸ ਚੀਜ਼ ਦਾ ਜਵਾਬ ਜਾਣਨਾ ਚਾਹੁੰਦੇ ਹਾਂਜੀ
ਕਿੱਦਾਂ ਦਾ ਮੁੰਡਾ ਤਾਂ ਮਤਲਬ ਪਹਿਲਾਂ ਮੈਨੂੰ ਆਏ ਹੁੰਦਾ ਸੀ ਕਿ ਮੈਂ ਨਾ ਬਹੁਤ ਸਾਰੀ ਆਪਣੀ ਬਕਟ ਲਿਸਟ ਰੱਖੀ ਹੋਈ ਸੀ ਪਹਿਲਾਂ ਤਾਂ ਮੁੰਡਾ ਹੀ ਚਾਹੀਦਾ ਹੈ ਅੱਜ ਦੇ ਜ਼ਮਾਨੇ 'ਚ ਚਲੋ ਆਉਣ ਦੋ ਮਤਲਬ ਜਦੋਂ ਮੈਂ ਸਕੂਲ ਕਾਲਜ ਦੇ ਵਿੱਚ ਹੁੰਦੀ ਸੀ ਨਾ ਉਦੋਂ ਤਾਂ ਮੇਰੀ ਬਹੁਤ ਫੈਂਟਸੀਜ਼ ਹੁੰਦੀ ਸੀ ਮੈਂ ਨਾਮ ਤੱਕ ਵੀ ਐਵੇਂ ਰੱਖਦੀ ਸੀ ਵੀ ਉਹਦਾ ਅੱਖਰ ਵੀ ਉਹਦਾ ਜਾਂ ਤਾਂ ਐਚ ਤੋਂ ਹੀ ਸ਼ੁਰੂ ਹੋਵੇ ਹੈ ਨਾ ਵੀ ਮੇਰਾ ਵੀ ਐਚ ਤੋਂ ਸ਼ੁਰੂ ਹੁੰਦਾ ਤਾਂ ਕਰਕੇ ਵੀ ਉਹਦੇ ਸਰਨੇਮ ਵੀ ਆਹਾ ਆਹਾ ਸਰਨੇਮਸ 'ਚ ਹੋਣੇ ਚਾਹੀਦੇ ਨੇ ਬਟ ਉਹ ਸਭ ਫੈਂਟਸੀ ਹਾਂ ਬਹੁਤ ਜ਼ਿਆਦਾ ਪਰ ਉਹ ਸਭ ਤੋਂ ਚਲੋ ਬਚਪਨੇ ਦੀਆਂ ਗੱਲਾਂ ਸੀ ਹੁਣ ਮਤਲਬ ਮੇਰੀ ਬੇਸਿਕਲੀ ਦੋ ਹੀ ਡਿਮਾਂਡਸ ਨੇ ਠੀਕ ਹੈ ਵਨ ਇਜ਼ ਲੋਇਲਟੀ ਜੋ ਮੈਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਲਿਟਰਲੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਕਿ ਸਿਰਫ ਕਹਿਣ ਨੂੰ ਹੀ ਨਹੀਂ ਐਕਚੁਅਲ ਜੈਨੂਇਨ ਲੋਇਲਟੀ ਮੈਨੂੰ ਇਹ ਕੁਆਲਿਟੀ ਜ਼ਰੂਰ ਚਾਹੀਦੀ ਆਪਣੇ ਲਾਈਫ ਪਾਰਟਨਰ ਤੋਂ ਅਤੇ ਦੂਜੀ ਹੈਗੀ ਆ ਕਿ ਉਹ ਓਨਾ ਹੀ ਸਪੋਰਟਿਵ ਹੋਵੇ ਟੂਵਰਡਸ ਮਾਈ ਕਰੀਅਰ ਜਿੰਨਾ ਮੇਰੇ ਪੇਰੈਂਟਸ ਮੇਰੇ ਨਾਲ ਹੁਣ ਤੱਕ ਰਹੇ ਨੇ ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕੁਆਲਿਟੀ ਦੈਟ ਆਈ ਐਮ ਲੁਕਿੰਗ ਫੋਰ ਇਨ ਮਾਈ ਪਾਰਟਨਰ ਬਿਕੋਜ਼ ਮਤਲਬ ਆਈ ਹੈਵ ਸੀਨ ਦ ਵੇ ਮਾਈ ਪੇਰੈਂਟਸ ਹੈਵ ਸਪੋਰਟਡ ਮੀ ਹੁਣ ਜੇ ਉਸ ਤੋਂ ਬਾਅਦ 'ਚ ਕੋਈ ਕਹੂਗਾ ਕਿ ਨਹੀਂ ਸਾਡੇ ਘਰ 'ਚ ਆਏ ਨਹੀਂ ਹੁੰਦਾ ਉਹ ਨਹੀਂ ਫਿਰ ਉਹ ਚੀਜ਼ ਮੇਰੇ ਤੋਂ ਥੋੜ੍ਹਾ ਜਿਹਾ ਮੈਨੂੰ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਪ੍ਰੋਬਲਮੈਟਿਕ ਹੋ ਸਕਦੀ ਹੈ ਨਹੀਂ ਫਿਰ ਸੈਕੰਡ ਸਵਾਲ ਵੀ ਸੇਮ ਪ੍ਰੋਫੈਸ਼ਨ ਦਾ ਹੋਣਾ ਚਾਹੀਦਾ ਜਾਂ ਹਾਂਜੀ ਆਈ ਥਿੰਕ ਜੇ ਸੇਮ ਪ੍ਰੋਫੈਸ਼ਨ ਦਾ ਹੋਊਗਾ ਤਾਂ ਸ਼ਾਇਦ ਤੁਹਾਡੀ ਅੰਡਰਸਟੈਂਡਿੰਗ ਈਜ਼ੀਅਰ ਬਣ ਜਾਂਦੀ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸੇਮ ਪ੍ਰੋਫੈਸ਼ਨ ਅੰਡਰਸਟੈਂਡਿੰਗ ਤਾਂ ਬਿਨਾਂ ਉਸ ਤੋਂ ਵੀ ਬਣ ਸਕਦੀ ਹੈ ਚਲੋ ਮਤਲਬ ਇਹ ਫਿਲਟਰ ਹਟਾ ਦਈਏ ਹਾਂ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸੇਮ ਪ੍ਰੋਫੈਸ਼ਨ ਦਾ ਹੀ ਹੋਣਾ ਚਾਹੀਦਾ ਬਟ ਇੰਨੀ ਅੰਡਰਸਟੈਂਡਿੰਗ ਜ਼ਰੂਰ ਰੱਖੋ ਚਲੋ ਨੋਟ ਕਰ ਲਓ ਭਾਈ ਸਾਰੀਆਂ ਚੀਜ਼ਾਂ ਜਿਹੜੇ ਮਾਪੇ ਉਹਨੂੰ ਇਦਾਂ ਲੱਗਦਾ ਕਿ ਐਕਟਿੰਗ ਜਿਹੜੀ ਇੰਡਸਟਰੀ ਆ ਆਪਣੇ ਵਾਲੀ ਇੰਡਸਟਰੀ ਆ ਉਹ ਕੁੜੀਆਂ ਲਈ ਸੇਫ ਨਹੀਂ ਹੈਗੀ ਤੇ ਉਹ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਪੇਰੈਂਟਸ ਨੂੰ ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਤੁਹਾਨੂੰ ਆਪਣੇ ਬੱਚੇ ਦਾ ਪਤਾ ਹੁੰਦਾ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਕਿ ਤੁਸੀਂ ਉਹਨੂੰ ਕਿਹੋ ਜਿਹੀ ਪਰਵਰਿਸ਼ ਦਿੱਤੀ ਹੈ ਅਤੇ ਤੁਹਾਡਾ ਬੱਚਾ ਯੂਨੋ ਉਹਦੇ ਮੋਰਲਸ ਅਤੇ ਐਥਿਕਸ ਕਿਹੋ ਜਿਹੇ ਨੇ ਤਾਂ ਉਹ ਸਭ ਤੋਂ ਵੱਡਾ ਡਰ ਤਾਂ ਉੱਥੇ ਹੀ ਖਤਮ ਹੋ ਜਾਂਦਾ ਜੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਦੂਜਾ ਫਿਰ ਵੀ ਪੇਰੈਂਟਸ ਨੇ ਤੁਸੀਂ ਉਹਨਾਂ ਨੂੰ ਐਂ ਨਹੀਂ ਕਹਿ ਸਕਦੇ ਹੈਗੇ ਕਿ ਜਮਾਂ ਹੀ ਮੇਰੇ ਵਾਸਤੇ ਕੇਅਰ ਫਰੀ ਹੋ ਜਾਓ ਪੇਰੈਂਟਸ ਨੇ ਉਹ ਤੁਹਾਡੇ ਲਈ ਕਰਨਗੇ ਕੇਅਰ ਹੈ ਨਾ ਤਾਂ ਆਈ ਥਿੰਕ ਤੁਸੀਂ ਆਪਣੇ ਬੱਚੇ ਦਾ ਆਪਣੀ ਕੁੜੀ ਦਾ ਠੀਕ ਹੈ ਹਰ ਥਾਂ ਦੇ ਉੱਤੇ ਜੇ ਨਾਲ ਚੱਲ ਕੇ ਸਾਥ ਦਿਓਗੇ ਤਾਂ ਉਹ ਡਰ ਇੰਨਾ ਨਹੀਂ ਰਹਿੰਦਾ ਹੈਗਾ ਬਟ ਜਿਵੇਂ ਇਹ ਸਵਾਲ ਜਾਂ ਵੈਸੇ ਵੀ ਸੁਣਨ ਨੂੰ ਚਾਹੁੰਦਾ ਵੀ ਸੇਫ ਨਹੀਂ ਹੈਗਾ ਪਰ ਮੈਨੂੰ ਇਦਾਂ ਲੱਗਦਾ ਵੀ ਅੱਜ ਦੇ ਟਾਈਮ 'ਚ ਕੁੜੀਆਂ ਬਹੁਤ ਇੰਨੀਆਂ ਕੁ ਸੈਲਫ ਡਿਪੈਂਡੈਂਟ ਹੈਗੀਆਂ ਨੇ ਜਾਂ ਸਟ੍ਰੇਟ ਫਾਰਵਰਡ ਹੈਗੀਆਂ ਨੇ ਕਿ ਜੇ ਉਹ ਆਪਣੀ ਆਈ ਤੇ ਆ ਜਾਣ ਤਾਂ ਅਨਸੇਫ ਵਾਲੀ ਕੋਈ ਗੱਲ ਨਹੀਂ ਹੈਗੀ ਨਹੀਂ ਕੋਈ ਗੱਲ ਨਹੀਂ ਹੈਗੀ ਬਾਕੀ ਮਾਪਿਓ ਵਾਸਤੇ ਤਾਂ ਮੈਂ ਇਹ ਕਹੂੰਗੀ ਕਿ ਪੇਰੈਂਟਸ ਨੂੰ ਜ਼ਰੂਰ ਸਪੋਰਟ ਕਰਨਾ ਚਾਹੀਦਾ ਹਰ ਸਟੈਪ ਦੇ ਉੱਤੇ ਨਾਲ ਨਾਲ ਚੱਲ ਕੇ ਬਟ ਦੂਜੀ ਗੱਲ ਇਹ ਹੈ ਕਿ ਸੇਫਟੀ ਦੇ ਨਾਲ ਨਾਲ ਜੇ ਸਿਕਿਉਰਿਟੀ ਤੁਸੀਂ ਅਦਰਵਾਈਜ਼ ਇਨ ਟਰਮਸ ਆਫ ਕਰੀਅਰ ਤਾਂ ਉਹ ਤੁਹਾਨੂੰ ਇੰਡੀਵਿਜੁਅਲੀ ਬਿਕੋਜ਼ ਐਕਟਿੰਗ ਇੱਕ ਇਹੋ ਜਿਹੀ ਫੀਲਡ ਹੈ ਕਿ ਇਹਦੇ 'ਚ ਤੁਸੀਂ ਤੁਹਾਨੂੰ ਪਰ ਮੰਥ ਸੈਲਰੀ ਨਹੀਂ ਆਉਣੀ ਹਰ ਮਹੀਨੇ ਤੁਹਾਡੇ ਕੋਲ ਕੰਮ ਨਹੀਂ ਆਉਣਾ ਤਾਂ ਤੁਸੀਂ ਉਹ ਆਪਦਾ ਬੈਕਗਰਾਊਂਡ ਦੇਖ ਕੇ ਕਿ ਮੈਂ ਇਹਨੂੰ ਹਾਫ ਟਾਈਮ ਪਰਸਿਊ ਕਰਾਂ ਕਿ ਮੈਂ ਇਹਨੂੰ ਫੁੱਲ ਟਾਈਮ ਪਰਸਿਊ ਕਰਨ ਜੋਗਰੇ ਮੇਰੇ ਕੋਲ ਰਿਸੋਰਸਿਸ ਹੈਗੇ ਨੇ ਉਹ ਹਰ ਇੰਡੀਵਿਜੁਅਲ ਨੂੰ ਆਪਦੇ ਅਕੋਰਡਿੰਗ ਦੇਖ ਕੇ ਚੱਲਣਾ ਚਾਹੀਦਾ ਚਲੋ ਮੇਰੇ ਵੀ ਆ ਸਵਾਲ ਨਿਬੜੇ ਹੁਣ ਅੱਗੇ ਸੁਰੀਲੀ ਜੀ ਦਾ ਜੋ ਹੁਕਮ ਹੋਊਗਾ ਸੁਰੀਲੀ ਅਕਸਰ ਸੋਚਦੀ ਹੈ ਅਦਾਕਾਰ ਹੋਣਾ ਤੇ ਕੋਈ ਕਿਰਦਾਰ ਨਿਭਾਉਣਾ ਦੋ ਵੱਖਰੀਆਂ ਗੱਲਾਂ ਨੇ ਅਦਾਕਾਰ ਸਭ ਦਾ ਹੋ ਸਕਦਾ ਪਰ ਕਿਰਦਾਰ ਕੋਈ ਟਾਵਾਂ ਟਾਵਾਂ ਹੀ ਦਿਲ ਨੂੰ ਛੋ ਸਕਦਾ ਤੇ ਜੇਕਰ ਅਦਾਕਾਰ ਆਪਣੇ ਕਿਰਦਾਰ ਤੋਂ ਪਛਾਣਿਆ ਜਾਵੇ ਉਹੀ ਤਾਂ ਕਲਾਕਾਰ ਹੈ ਜੋ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਤੇ ਅੱਜ ਮੇਰੇ ਨਾਲ ਇਹੋ ਜਿਹੇ ਹੀ ਦੋ ਕਲਾਕਾਰ ਬੈਠੇ ਨੇ ਜਿਨ੍ਹਾਂ ਦਾ ਇੱਕ ਇੱਕ ਕਿਰਦਾਰ ਲੋਕਾਂ ਨੂੰ ਸਰਪ੍ਰਾਈਜ਼ ਕਰਦਾ ਤੇ ਉਹਨਾਂ ਦੇ ਸਰਪ੍ਰਾਈਜ਼ਿੰਗ ਕਿਰਦਾਰਾਂ ਲਈ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਤਾਂ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਸਰਪ੍ਰਾਈਜ਼ ਹਰਦੀਪ ਤੁਹਾਡੇ ਲਈ ਆਉਣ ਦਿਓ ਜੀ ਆਉਣ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅਤੇ ਹਰਦੀਪ ਦੀ ਸ਼ੁਰੂਆਤ ਕਲਾਕਾਰੀ ਦੇ ਵਿੱਚ ਤਕਰੀਬਨ ਇੱਕੋ ਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਮੈਂ ਹਰਦੀਪ ਦੇ ਪਹਿਲੇ ਗਾਣੇ ਤੁਣਕਾ ਦੀ ਵੀਡੀਓ ਦੇਖੀ ਤਾਂ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਗਾਣੇ ਦਾ ਸ਼ੂਟ 6 ਮਹੀਨੇ ਦੇ ਵਿੱਚ ਪੂਰਾ ਹੋਇਆ ਅਤੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਇਹ ਚੀਜ਼ ਤੋਂ ਅਤੇ ਇੱਥੋਂ ਇਹ ਵੀ ਸਾਬਤ ਹੋ ਗਿਆ ਸੀਗਾ ਕਿ ਹਰਦੀਪ ਬਹੁਤ ਜ਼ਿਆਦਾ ਸਬਰ ਵਾਲਾ ਮਿਹਨਤੀ ਅਤੇ ਡੈਡੀਕੇਸ਼ਨ ਵਾਲਾ ਕਲਾਕਾਰ ਹੈ ਅਤੇ ਜਦੋਂ ਤੁਣਕਾ ਫਿਲਮ ਦਾ ਮੈਂ ਫਸਟ ਲੁੱਕ ਜਿਹਦੇ ਵਿੱਚ ਹਰਦੀਪ ਸ਼ੀਸ਼ੇ ਦੇ ਅੱਗੇ ਖੜ੍ਹਾ ਹੈਗਾ ਅਤੇ ਉਹਦੀ ਬੋਡੀ ਬਿਲਕੁਲ ਪਿੰਜਰ ਦਿਖ ਰਿਹਾ ਹੈਗਾ ਉਹ ਵਾਲਾ ਪੋਸਟਰ ਦੇਖਿਆ ਸੀਗਾ ਅਤੇ ਲੂ ਕੰਡੇ ਖੜ੍ਹੇ ਹੋ ਗਏ ਸੀਗੇ ਅਤੇ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹਰਦੀਪ ਨੇ ਗਾਣੇ ਨਾਲੋਂ ਵੀ 10 ਗੁਣਾ 20 ਗੁਣਾ ਕਿ ਕਈ 100 ਗੁਣਾ ਵੱਧ ਅਤੇ ਜਿਹਦੇ ਬਦਲੇ ਉਹਦੀ ਮਿਹਨਤ ਬਦਲੇ ਉਹਨੂੰ ਪਿਆਰ ਵੀ ਬਹੁਤ ਜ਼ਿਆਦਾ ਮਿਲਿਆ ਫਿਲਮ ਨੂੰ ਸੋ ਮੇਰੇ ਵੱਲੋਂ ਆਉਣ ਵਾਲੀ ਮੂਵੀ ਬੈਚ 2013 ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਅਤੇ ਮਾਲਕ ਹਮੇਸ਼ਾ ਭਰਾ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਇੱਦਾਂ ਹੀ ਪੰਜਾਬੀ ਸਿਨੇਮੇ ਨੂੰ ਤੁਸੀਂ ਖੂਬਸੂਰਤ ਫਿਲਮਾਂ ਦਿੰਦੇ ਰਹੋ ਥੈਂਕ ਯੂ
ਥੈਂਕ ਯੂ। ਕੌਣ ਸੀਗੇ ਇਹ? ਗੁਰਜੈਸ। ਇਹ ਸਹੀ ਗੱਲ ਆ ਵੀ ਅਸੀਂ ਇਕੱਠਿਆਂ ਨੇ ਕੈਰੀਅਰ ਸ਼ੁਰੂ ਕੀਤਾ ਸੀ ਆਲਮੋਸਟ। ਅਤੇ ਦੂਜੀ ਗੱਲ ਜਿਹੜੀ ਮੈਨੂੰ ਗੁਰਜੈਸ 'ਚ ਵਧੀਆ ਲੱਗਦੀ ਹੈ ਬਾਈ 'ਚ ਵੀ, ਉਹ ਮੈਨੂੰ ਮੇਰੇ ਵਰਗਾ ਲੱਗਦਾ, ਮਤਲਬ ਸਿੰਪਲ ਜਿਹਾ, ਨੈਚੁਰਲ ਜਿਹਾ, ਨੋਰਮਲ ਜਿਹਾ। ਅਤੇ ਹੁਣ ਜਦੋਂ ਮੈਂ ਜਲਵਾਯੂ ਇਨਕਲੇਵ ਦੇਖੀ ਸੀ ਗੁਰਜੈਸ ਬਾਈ ਦੀ, ਅਤੇ ਮੈਂ ਮੈਸੇਜ ਵੀ ਛੱਡਿਆ ਸੀ, ਮੈਂ ਬਾਈ ਤੂੰ ਯਾਰ ਬਹੁਤ ਗੁੱਜਾ ਐਕਟਰ ਹਾਂ, ਹੈ ਨਾ, ਵੀ ਮੈਂ ਵੀ ਇੰਨਾ ਐਕਸਪੈਕਟ ਨਹੀਂ ਸੀ ਕੀਤਾ ਵੀ ਇੰਨਾ ਸੋਹਣਾ ਐਕਟ ਕੀਤਾ। ਅਤੇ ਮੈਂ ਗੁਰਜੈਸ ਬਾਈ ਨੂੰ ਇਹੀ ਗੱਲ ਕਹੀ ਸੀ ਵੀ ਯਾਰ ਬਾਈ ਆਪਾਂ ਇਕੱਠੇ ਜ਼ਰੂਰ ਕੰਮ ਕਰਾਂਗੇ, ਜੇ ਮੈਨੂੰ ਮੌਕਾ ਮਿਲਿਆ ਮੈਂ ਤੇਰੇ ਨਾਲ ਜ਼ਰੂਰ ਕੰਮ ਕਰਨਾ ਚਾਹੂੰਗਾ। ਨਹੀਂ, ਜਲਵਾਯੂ ਇਨਕਲੇਵ ਤਾਂ ਦੇਖ ਕੇ ਨਾ ਮੈਨੂੰ ਵੀ ਦੋਨੋਂ, ਇਨਫੈਕਟ ਦੋਨੋਂ, ਆਈ ਥਿੰਕ ਦੂਜੀ ਮੋਨਿਕਾ ਨਾਮ ਜਿਹੜੀ ਫੀਮੇਲ ਲੀਡ ਹੈ ਅਤੇ ਗੁਰਜੈਸ ਦਾ ਵੀ, ਦੋਨਾਂ ਦਾ ਕੰਮ ਬਹੁਤ ਸੋਹਣਾ। ਮੋਨਿਕਾ, ਕਿਉਂਕਿ ਮੋਨਿਕਾ ਤਾਂ ਐਕਟਰ ਹੈਗੀ ਆ ਨਾ, ਕਰਦੀ ਰਹੀ ਆ, ਪਰ ਇਹ ਬੰਦਾ ਇਹਨੇ ਤਾਂ ਕਮਾਲ ਹੀ ਕਰਤੀ ਨਾ ਜਿਹੜਾ ਕਿਰਦਾਰ ਨਿਭਾਇਆ। ਉਹ ਓਪਨਿੰਗ ਸ਼ਾਟ ਜਦੋਂ ਆਉਂਦਾ ਨਾ, ਜਦੋਂ ਰੈਸਟੋਰੈਂਟ ਦੇ ਵਿੱਚ ਐਂਟਰ ਕਰਦੇ ਨੇ, ਉੱਥੋਂ ਹੀ ਫਿਲਮ ਦੇ ਵਿੱਚ ਇੰਟਰਸਟ ਬਣ ਜਾਂਦਾ। ਬਹੁਤ ਸੋਹਣਾ ਕੰਮ ਕੀਤਾ, ਥੈਂਕ ਯੂ ਸੋ ਮਚ ਗੁਰਜੈਸ ਲਈ ਬਾਈ ਦੀ। ਤੇ ਹੁਣ ਵਾਰੀ ਹਸ਼ਨੀਨ ਤੁਹਾਡੇ ਸਰਪ੍ਰਾਈਜ਼ ਦੀ। ਓਕੇ, ਹਾਏ ਹਸ਼ਨੀਨ, ਹਾਊ ਆਰ ਯੂ? ਸਭ ਤੋਂ ਪਹਿਲਾਂ ਆਲ ਦਾ ਵੈਰੀ 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 ਬੈਸਟ ਫੋਰ ਬੈਚ 2013। ਆਈ ਐਮ ਰੀਲੀ ਲੁਕਿੰਗ ਫੋਰਵਰਡ ਔਨ ਵਾਚਿੰਗ ਇਟ। ਐਂਡ ਮੈਂ ਕਹਿਣਾ ਚਾਹੁੰਦੀ ਹਾਂ, ਆਈ ਰੀਲੀ ਲਵ ਦਾ ਪਰਸੋਨਾ ਐਂਡ ਦਾ ਐਟੀਟਿਊਡ ਦੈਟ ਯੂ ਕੈਰੀ। Being from the same agency, I think we've always supported each other, and I really like the way we support each other. ਤੁਸੀਂ ਹਮੇਸ਼ਾ ਅੱਗੇ ਵੱਧ ਕੇ ਮੇਰਾ ਸਪੋਰਟ ਕੀਤਾ ਹੈ ਜਦ ਵੀ ਮੇਰਾ ਕੋਈ ਪ੍ਰੋਜੈਕਟ ਆਇਆ, ਐਂਡ ਆਈ ਥਿੰਕ ਵਾਈਸ ਵਰਸਾ। ਆਈ ਰੀਲੀ ਲਵ ਯੋਰ ਡਿੰਪਲ, ਕਦੇ ਮੈਂ ਸ਼ਾਇਦ ਬੋਲਿਆ ਨਹੀਂ ਹਾਂ, ਬਟ ਅੱਜ ਇੱਥੇ ਬੋਲਣ ਦਾ ਮੌਕਾ ਮਿਲ ਰਿਹਾ, ਸੋ ਆਈ ਰੀਲੀ ਲਵ ਯੋਰ ਡਿੰਪਲ। ਅਤੇ ਮੈਨੂੰ ਬਹੁਤ ਕਿਊਟ ਲੱਗਦਾ ਹੈ। ਐਂਡ ਯਾ ਗਰਲ, ਯੂਅਰ ਗੋਇੰਗ ਗੁੱਡ, ਯੂਅਰ ਡੂਇੰਗ ਗੁੱਡ, ਕੀਪ ਅਪ ਦਾ ਗੁੱਡ ਵਰਕ, ਐਂਡ ਆਲ ਦਾ ਬੈਸਟ ਵਾਂਸ ਅਗੇਨ। ਨਿਕੀਤ, ਥੈਂਕ ਯੂ ਸੋ ਮਚ ਨਿਕੀਤ, ਐਂਡ ਸੇਮ ਵੇਜ਼ ਆਈ ਵਿਸ਼ ਦਾ ਬੈਸਟ ਟੂ ਯੂ। ਅਤੇ ਅਫਕੋਰਸ ਬਿਲੋਂਗਿੰਗ ਫਰੋਮ ਦਾ ਸੇਮ ਏਜੰਸੀ, ਆਈ ਰੀਲੀ ਹੋਪ ਕਿ ਆਪਾਂ ਦੋਵੇਂ ਹੀ ਬਹੁਤ ਵਧੀਆ ਕਰਦੇ ਰਹੀਏ, ਅਤੇ ਨਿਰਾ ਟੈਲੈਂਟ ਨਾ ਹੋਰ ਵੀ ਅੱਗੇ ਆਪਣੇ ਥਰੂ ਪ੍ਰੋਸਪਰ ਹੋਵੇ। ਦਿਲੋਂ ਆਈਆਂ ਆਵਾਜ਼ਾਂ ਤੋਂ ਬਾਅਦ ਵਾਰੀ ਹੈ ਸੁਰੀਲੀ ਦੇ ਦਿਲੋਂ ਆਏ ਸਵਾਲਾਂ ਦੀ, ਯਾਨੀ ਸੁਰੀਲੀ ਦੇ ਸਵਾਲਾਂ ਦੀ, ਜਿਨ੍ਹਾਂ ਦੇ ਜਵਾਬ ਸੱਚੇ ਤੇ ਮਜ਼ੇਦਾਰ ਹੀ ਹੋਣੇ ਚਾਹੀਦੇ ਆ। ਸੋ ਆਰ ਯੂ ਰੈਡੀ? ਯੈਸ ਯੈਸ। ਹਰਦੀਪ, ਤੁਹਾਡੀ ਮੂਵੀਜ਼ ਤੁਸੀਂ ਆਪ ਪ੍ਰੋਡਿਊਸ ਕਰ ਰਹੇ ਹੋ, ਕੀ ਇਹਦੇ ਪਿੱਛੇ ਇਹ ਰੀਜ਼ਨ ਮੰਨਿਆ ਜਾ ਸਕਦਾ ਕਿ ਤੁਹਾਡੇ ਵਿਜ਼ਨ ਨਾਲ ਮੌਜੂਦਾ ਫਿਲਮ ਪ੍ਰੋਡਿਊਸਰਸ ਸਹਿਮਤ ਨਹੀਂ ਹੋ ਪਾ ਰਹੇ? ਸਹਿਮਤ ਕਰਾਉਣ ਦੀ ਮੈਂ ਕੋਸ਼ਿਸ਼ ਹੀ ਨਹੀਂ ਕੀਤੀ ਕਦੇ, ਮੈਂ ਐਵੇਂ ਕਹਾਂ। ਅਤੇ ਛੋਟਾ ਜਿਹਾ ਰੀਜ਼ਨ ਇਹ ਹੋ ਸਕਦਾ ਵੀ ਕਈ ਵਾਰੀ ਕੋਈ ਵਿਜ਼ਨ ਆਪਾਂ ਲੈ ਕੇ ਚੱਲਦੇ ਹਾਂ, ਹੈ ਨਾ, ਕੋਈ ਥੋਟ ਲੈ ਕੇ ਚੱਲਦੇ ਹਾਂ, ਅਤੇ ਉਹ ਕਈ ਵਾਰੀ ਕਿਸੇ ਨੂੰ ਤੁਹਾਡੇ ਉਸੇ ਪੁਆਇੰਟ 'ਤੇ ਕਨਵਿੰਸ ਕਰਨਾ ਔਖਾ ਹੋ ਜਾਂਦਾ ਕਿਸੇ ਹੋਰ ਪ੍ਰੋਡਿਊਸਰ ਨੂੰ, ਕ੍ਰੀਏਟਿਵ ਡਿਫਰੈਂਸਿਸ ਹੋ ਜਾਂਦੇ ਆ। ਸੋ ਕ੍ਰੀਏਟਿਵਿਟੀ ਦੇ ਪੁਆਇੰਟ 'ਤੇ ਤੁਸੀਂ ਸੇਮ ਲੈਵਲ 'ਤੇ ਹੋਵੋ, ਇਹ ਬੜੀ ਮੁਸ਼ਕਿਲ ਚੀਜ਼ ਆ। ਅਤੇ ਅਦਰਵਾਈਜ਼ ਐਂ ਨਹੀਂ ਹੈਗਾ ਵੀ ਹੋਰ ਪ੍ਰੋਡਿਊਸਰਸ ਜਿਹੜੇ ਨੇ ਕ੍ਰੀਏਟਿਵ ਨਹੀਂ ਹੈਗੇ, ਬਟ ਹਾਂ ਇਹ ਹੁੰਦਾ ਥੋੜ੍ਹਾ ਜਿਹਾ, ਹੈ ਨਾ, ਦਿੱਕਤ ਪਰੇਸ਼ਾਨੀ ਘੱਟ ਆਉਂਦੀ ਹੈ ਜਦੋਂ ਤੁਸੀਂ ਖੁਦ ਕੰਮ ਕਰਦੇ ਹੋ, ਫਰੋਮ ਦਾ ਰਾਈਟਿੰਗ ਫੇਜ਼ ਟੂ ਦਾ ਰਿਲੀਜ਼ਿੰਗ ਫੇਜ਼। ਅਤੇ ਇਸ ਕਰਕੇ ਥੋੜ੍ਹਾ ਮੈਨੂੰ ਐਂ ਲੱਗਦਾ ਵੀ ਵੈਸੇ ਔਖਾ ਪੈਸਾ ਘਰੋਂ ਲਾਉਣਾ, ਬਟ ਊਂ ਇਹ ਆ ਵੀ ਪਿਓਰਿਟੀ ਮੇਨਟੇਨ ਰਹਿੰਦੀ ਹੈ ਪ੍ਰੋਡਕਟ ਦੀ। ਇਮੈਜਿਨ ਕਰੋ, ਤੁਸੀਂ ਇੱਕ ਦੂਜੇ ਦੇ ਕੋ ਸਟਾਰਸ ਨਹੀਂ, ਇੱਕ ਦੂਜੇ ਦੇ ਬਹੁਤ ਵੱਡੇ ਫੈਨਸ ਹੋ, ਤੇ ਤੁਸੀਂ ਇੱਕ ਦੂਜੇ ਨੂੰ ਮਿਲ ਕੇ, ਯਾਨੀ ਆਪਣੇ ਫੇਵਰੇਟ ਕਲਾਕਾਰ ਨੂੰ ਮਿਲ ਕੇ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਤੁਸੀਂ ਉਹਨਾਂ ਦੇ ਬਹੁਤ ਵੱਡੇ ਫੈਨ ਹੋ। ਹਸ਼ਨੀਨ, ਪਹਿਲਾਂ ਤੁਹਾਡੀ ਵਾਰੀ, ਤੁਸੀਂ ਉਹ ਫੈਨ ਦਾ ਰੋਲ ਪਲੇ ਕਰਨਾ ਜੋ ਹਰਦੀਪ ਗਰੇਵਾਲ ਦਾ ਬਹੁਤ ਵੱਡਾ ਫੈਨ ਹੈ, ਤੇ ਹਰਦੀਪ ਤੁਸੀਂ ਫਿਰ ਹਸ਼ਨੀਨ ਦੇ ਫੈਨ ਦਾ ਰੋਲ ਪਲੇ ਕਰਨਾ। ਠੀਕ ਹੈ ਜੀ। ਮੈਂ ਜਿੰਨਾ ਕੁ ਲੋਕਾਂ ਨੂੰ ਦੇਖਿਆ ਨਾ ਜਿਹੜੇ ਬਹੁਤ ਜ਼ਿਆਦਾ ਵੱਡੇ ਫੈਨ, ਬਾਈ ਜੀ ਤੁਹਾਡੀ ਮਿਹਨਤ, ਬਾਈ ਜੀ ਮੈਂ ਫੈਨ ਹਾਂ, ਬਾਈ ਜੀ ਬਹੁਤ ਵੱਡਾ ਫੈਨ ਹਾਂ, ਬਾਈ ਜੀ ਮੈਂ ਵੀ ਨਾ ਮੈਂ ਵੇਟ ਮੈਂ ਰਿਡਿਊਸ ਕੀਤਾ ਬਹੁਤ ਜ਼ਿਆਦਾ ਵੇਟ ਰਿਡਿਊਸ, ਬਾਈ ਜੀ ਬਸ ਬਹੁਤ ਵਧੀਆ, ਮੈਂ ਭਰਤੀ ਹੋਣਾ ਚਾਹੁੰਦਾ ਬਾਈ ਜੀ। ਨਹੀਂ ਠੀਕ ਆ, ਕੁਛ ਇੱਦਾਂ ਦਾ ਹੀ ਹੁੰਦਾ ਵਾ। ਹਾਂ ਅੱਛਾ, ਮੈਂ ਵੀ ਇਹ ਚੀਜ਼ ਜਿਹੜੀ ਹੁਣ ਮੈਂ ਐਜ਼ ਅ ਫੈਨ, ਹੈ ਨਾ, ਮੈਂ ਹੁਣ ਹਸ਼ਨੀਨ ਦਾ ਫੈਨ ਹਾਂ, ਅਤੇ ਇੱਕ ਮੈਨੂੰ ਡਾਇਲੋਗ ਕਰਨੀ ਪਿਆ ਸੀਗਾ ਪ੍ਰਮੋਸ਼ਨਸ ਦੇ ਦੌਰਾਨ, ਮੈਨੂੰ ਬੜਾ ਵਧੀਆ ਵਾ, ਕੈਚੀ ਬੜਾ ਉਹ, ਦੇਖੀ ਮਤਲਬ ਫੋਟੋ ਕਰਾਉਣ ਕੁੜੀ ਆਉਂਦੀ ਆ ਤੁਹਾਡੇ ਨੇੜੇ ਕੋਈ, ਹਾਏ ਤੁਸੀਂ ਕਿੰਨੇ ਸੋਹਣੇ, ਮਤਲਬ ਉੱਥੋਂ ਮੈਨੂੰ ਇਹ ਪਤਾ ਲੱਗਦਾ ਵੀ ਚਲੋ ਮੁੰਡਿਆਂ ਨੂੰ ਤੁਸੀਂ ਸੋਹਣੇ ਲੱਗ ਸਕਦੇ ਹੋ, ਬਟ ਜੇ ਤੁਸੀਂ ਕੁੜੀਆਂ ਨੂੰ ਵੀ ਸੋਹਣੇ ਲੱਗਦੇ ਹੋ, ਇਹਦਾ ਮਤਲਬ ਤੁਸੀਂ ਸੱਚੀ ਸੋਹਣੇ ਹੋ, ਵੀ ਕੁੜੀਆਂ ਇਹ ਚਾਹੁੰਦੀਆਂ ਨੇ ਵੀ ਸੋਹਣਾ ਬਣਿਆ ਜਾਵੇ ਹਸ਼ਨੀਨ ਵਰਗਾ। ਬਟ ਮੈਂ ਇਹ ਵੀ ਕਹੂੰਗਾ ਵੀ ਕੁੜੀਆਂ ਨੂੰ ਵੀ ਭਾਈ ਜੇ ਸੋਹਣਾ ਬਣਨਾ ਸਿਰਫ ਉੱਪਰੋਂ ਨਹੀਂ ਅੰਦਰੋਂ ਵੀ ਹਸ਼ਨੀਨ ਵਰਗੇ ਹੀ ਬਣਿਆ ਜਾਵੇ, ਐਜ਼ ਅ ਫੈਨ ਮੈਂ ਇਹ ਕਹੂੰਗਾ। ਸੋ ਸਵੀਟ, ਥੈਂਕ ਯੂ। ਹੁਣ ਆਪਾਂ ਖੇਡਾਂਗੇ ਇੱਕ ਫਨ ਗੇਮ
ਜਿਹਦੇ ਵਿੱਚ ਸਾਨੂੰ ਪਤਾ ਲੱਗੂਗਾ ਕੌਣ ਹੈ ਸਭ ਤੋਂ ਵੱਡਾ ਪੰਜਾਬੀ ਮੂਵੀਜ਼ ਲਵਰ। ਸੋ ਕਰੀਏ ਸ਼ੁਰੂ। ਬੱਬੂ ਮਾਨ ਬਾਲੀਵੁੱਡ ਦੀ ਕਿਹੜੀ ਫਿਲਮ 'ਚ ਨਜ਼ਰ ਆਈ ਸੀ? ਆਪਸ਼ਨਸ ਨੇ ਏ 2003, ਬੀ ਹਵਾਏ ਜਾਂ ਸੀ ਬੰਜਾਰਾ। 2003 ਕਿਹੜੀ ਫਿਲਮ ਸੀ? ਹਵਾਏ। ਹਵਾਏ ਤਾਂ ਸੀਗੀ, 2003 ਕਿਹੜੀ ਫਿਲਮ ਆਈ? ਰਾਈਟ ਆਨਸਰ ਇਜ਼ ਹਵਾਏ। ਮੈਂ ਸਿਰਫ ਨਾ ਗੈਸ ਮਾਰਿਆ, ਠੀਕ ਹੈ, ਕਿਉਂਕਿ ਬੰਜਾਰਾ ਪੰਜਾਬੀ ਮੂਵੀ ਹੈ, 2003 ਕੋਈ ਮੂਵੀ ਨਹੀਂ ਲੱਗ ਰਹੀ ਸੀ। ਤਾਂ ਹੀ ਅੱਛਾ, ਫਿਰ ਇਹ ਵੀ ਹੈ ਵੀ ਗਲਤ ਜਵਾਬ ਵੀ ਹੋ ਸਕਦਾ ਵਿੱਚ, ਇਹਦਾ ਮਤਲਬ ਨਹੀਂ। ਤੇ ਉਹ ਤਾਂ ਹੁਣ ਉਹ ਹੈ ਨਾ ਐਮਸੀਕਿਊ ਟਾਈਪ ਹੈ ਵੀ ਤੁਸੀਂ ਚਲੋ ਇੱਕ ਵਾਰ ਹੁਣ ਮੈਂ ਸਮਝ ਗਿਆ। ਚਲੋ ਇਹ ਪੁਆਇੰਟ ਤੁਹਾਡਾ, ਚਲੋ 1 ਪੁਆਇੰਟ। ਆ ਜਾਓ ਅਗਲਾ, ਆ ਜਾਓ। ਜੱਸੀ ਗਿੱਲ ਦੀ ਬਾਲੀਵੁੱਡ ਫਿਲਮ ਪੰਗਾ ਕਿਹੜੇ ਸਪੋਰਟਸ ਤੇ ਬੇਸਡ ਸੀ? ਏ ਹਾਕੀ, ਬੀ ਬਾਸਕਟਬਾਲ ਜਾਂ ਸੀ ਕਬੱਡੀ। ਕਬੱਡੀ। ਕਬੱਡੀ ਇਜ਼ ਦ ਰਾਈਟ ਆਨਸਰ। ਬੇ ਬਹੁਤ ਮਿਹਰਬਾਨੀ, ਪਤਾ ਸੀ ਤੁਹਾਨੂੰ ਇੱਕ ਗੈਸ ਮਾਰਿਆ। ਓਕੇ, ਗਿੱਪੀ ਗਰੇਵਾਲ ਦੀ ਪਹਿਲੀ 뮤직 ਐਲਬਮ ਦਾ ਕੀ ਨਾਮ ਸੀ? ਏ ਆ ਜਾਵੇ ਮਿੱਤਰਾ, ਬੀ ਫੁਲਕਾਰੀ ਜਾਂ ਸੀ ਚੱਕ ਲੈ। ਫੁਲਕਾਰੀ। ਨਹੀਂ ਨਹੀਂ, ਆ ਜਾਵੇ ਮਿੱਤਰਾ। ਫੁਲਕਾਰੀ ਤਾਂ ਆਈ ਥਿੰਕ ਸਹੀ ਜਵਾਬ ਹੈ, ਚੱਕ ਲੈ। ਲਓ ਜੀ, ਆ ਵੀ ਨਹੀਂ ਹੈਗਾ। ਚੱਲ, ਗੁੱਗੂ ਗਿੱਲ ਜੀ ਦਾ ਰੀਅਲ ਨਾਮ ਕੀ ਹੈ? ਏ ਦਵਿੰਦਰ ਸਿੰਘ ਗਿੱਲ, ਬੀ ਕੁਲਵਿੰਦਰ ਸਿੰਘ ਗਿੱਲ ਜਾਂ ਸੀ ਤੇਜਿੰਦਰ ਸਿੰਘ ਗਿੱਲ। ਦਵਿੰਦਰ ਸਿੰਘ ਗਿੱਲ। ਰਾਈਟ ਆਨਸਰ ਇਜ਼ ਬੀ। ਵੈਸੇ ਮੈਂ ਤੁੱਕਾ ਦਵਿੰਦਰ ਸਿੰਘ ਗਿੱਲ, ਮੈਂ ਤੁੱਕਾ ਮਾਰਿਆ ਸੀ, ਮਤਲਬ ਗਲਤ ਹੋ ਗਿਆ। ਦੋਨੋਂ 1 ਇੱਚ ਤੇ ਹੀ ਆ। ਠੀਕ ਹੈ, ਔਖੇ ਗੂਗਲ ਤੇ ਕੁਈਨ ਆਫ ਪੰਜਾਬੀ ਇੰਡਸਟਰੀ ਲਿਖਣ ਤੇ ਕਿਹਦਾ ਨਾਮ ਸਾਹਮਣੇ ਆਉਂਦਾ ਹੈ? ਏ ਸੋਨਮ ਬਾਜਵਾ, ਬੀ ਮਿਸ ਪੂਜਾ ਜਾਂ ਸੀ ਨੀਰੂ ਬਾਜਵਾ। ਨੀਰੂ ਬਾਜਵਾ। ਰਾਈਟ ਆਨਸਰ ਇਜ਼ ਨੀਰੂ ਬਾਜਵਾ। ਪੰਜਾਬ ਦੇ ਕੋਈ 3 ਲਿਰਿਸਿਸਟ ਦਾ ਨਾਮ ਦੱਸੋ। ਮੈਂ ਦੱਸਣਾ ਪਹਿਲਾਂ ਕਰਤਾ, ਚਲੋ ਚਲੋ। ਹਾਂ, ਤਰਸੇਮ ਜੱਸੜ, ਐਪੀ ਰਾਇਕੋਟੀ, ਦੈਨ ਨਰਿੰਦਰ ਬਾਠ। ਓਕੇ ਫਾਈਨ, ਚਲੋ ਕੁਇਕਰ 2 ਈਚ ਹੋ ਗਏ। ਹਾਂ ਚਲੋ ਨੈਕਸਟ। ਇਸ ਗੀਤ ਨੂੰ ਪੂਰਾ ਕਰੋ। ਰਾਤ ਦੀ ਗੇੜੀ ਗੱਲ ਰਿਸਕ ਦੀ। ਪਹਿਲਾਂ ਮੈਂ ਮਾਰੇ। ਅੱਛਾ, ਇੱਕ ਮਿੰਟ। ਹਾਂ ਹਾਂ, ਕਰੋ ਪੂਰਾ ਹੁਣ। ਰਾਤ ਦੀ ਗੇੜੀ ਗੱਲ ਰਿਸਕ ਦੀ, ਤਾਂਗ ਛਿੜੀ ਆ ਤੇਰੇ ਇਸ਼ਕ ਦੀ। ਠੀਕ ਹੈ, ਇੰਨਾ ਕੀ ਪੂਰਾ ਕਰਨਾ? ਹਾਂ ਠੀਕ ਹੈ, ਬਸ ਠੀਕ ਹੈ। ਗਿੱਪੀ ਗਰੇਵਾਲ ਦੀ ਕੋਈ 3 ਫਿਲਮਾਂ ਦਾ ਨਾਮ ਦੱਸੋ। ਮੈਂ ਪਹਿਲਾਂ ਕਰਦਾ, ਗਿੱਪੀ ਗਰੇਵਾਲ ਕਿਹਾ ਉਹਨਾਂ ਨੇ, ਹੈਨਾ। ਤੇ 3 ਫਿਲਮਾਂ ਦਾ ਨਾਮ, ਕੈਰੀ ਔਨ ਜੱਟਾ, ਕੈਰੀ ਔਨ ਜੱਟਾ 2, ਕੈਰੀ ਔਨ ਜੱਟਾ 3 ਵੀ ਵੈਸੇ ਆ ਜਾਣੀ ਹੈ ਯਾਰ, ਮੇਰਾ ਤਿੱਤਲੀਆਂ ਵਰਗਾ। ਤਰਸੇਮ ਜੱਸੜ ਦੀ ਪਹਿਲੀ 뮤직 ਐਲਬਮ ਦਾ ਕੀ ਨਾਮ ਸੀ? ਕੁਐਸਚਨ ਵੀ ਨਹੀਂ ਪੂਰਾ ਕੀਤਾ ਮੈਨੂੰ ਪਤਾ, ਮੈਨੂੰ ਸਵਾਲ ਦਾ ਜਵਾਬ ਪਤਾ ਮੈਨੂੰ, ਪਰ ਹਾਲੇ ਤੱਕ ਉਹਨੇ ਕੁਐਸਚਨ ਵੀ ਨਹੀਂ ਪੂਰਾ ਕੀਤਾ। ਫਿਰ ਮੈਂ ਟੈਪ ਤਾਂ ਪਹਿਲਾਂ ਮੈਂ ਕਰਤਾ, ਇਹ ਤਾਂ ਮੈਂ ਤਾਂ ਤੁਸੀਂ ਤਾਂ ਤਰਸੇਮ ਜੱਸੜ ਸੁਣਿਆ ਤੇ ਟੈਪ ਕਰਤਾ ਵੀ ਜਿਹੜਾ ਵੀ ਸਵਾਲ ਆਉ ਮੈਂ ਦੇ ਦੂੰਗਾ ਜਵਾਬ। ਠੀਕ ਹੈ, ਫਿਰ ਕੰਫੀਡੈਂਸ ਹੁੰਦਾ ਹੈ। ਨਹੀਂ ਨਹੀਂ, ਵਾਪਸ ਤੋਂ ਇਹ ਕੁਐਸਚਨ ਪਲੇ ਕਰੋ, ਫਿਰ ਜਿਹੜਾ ਵੀ ਟੈਪ ਕੁਐਸਚਨ ਖਤਮ ਹੋਣ ਤੇ ਟੈਪ ਕਰਨਾ। ਚਲੋ ਆ ਜਾਓ, ਆ ਜਾਓ। ਤਰਸੇਮ ਜੱਸੜ ਦੀ ਪਹਿਲੀ 뮤직 ਐਲਬਮ ਦਾ ਕੀ ਨਾਮ ਸੀ? ਹੁਣ ਵੀ ਮੈਂ ਹੀ ਕੀਤਾ ਵੀ ਲੂਮੀਨਾਟੀ, ਹਜੇ ਮੈਂ ਪਹਿਲੀ ਨਹੀਂ, ਟਰਬਨੇਟਰ ਜਾਂ ਸੀ ਮਾਈ ਪ੍ਰਾਈਡ। ਲੂਮੀਨਾਟੀ ਹੈ। ਚਲੋ ਤੁਸੀਂ ਜਵਾਬ ਪਹਿਲਾਂ ਦੇਤਾ ਤਾਂ ਤੁਹਾਨੂੰ ਚੱਲ ਜਾਂਦਾ ਜਵਾਬ ਵੀ ਮੈਂ ਪਹਿਲਾਂ ਦਿੱਤਾ ਟੈਪ, ਦੂਸਰੀ ਵਾਰੀ ਵੀ ਮੈਂ ਹੀ ਪਹਿਲਾਂ ਕੀਤਾ। ਤੁਸੀਂ ਕੁਐਸਚਨ ਤਾਂ ਖਤਮ ਹੀ ਨਹੀਂ ਹੋਣ ਦਿੰਦੇ, ਪਹਿਲਾਂ ਹੀ ਐਂ ਕਰ ਦਿੰਦੇ ਹੋ। ਉਸ ਤੋਂ ਬਾਅਦ ਕੁਐਸਚਨ ਨੂੰ ਐਟਲੀਸਟ ਕੁਐਸਚਨ ਮਾਰਕ ਤਾਂ ਖਤਮ ਹੋਣ ਦਿਆ ਕਰ। 2 ਇੰਚ ਹੋ ਗਏ, 2 ਇੰਚ ਤਾਂ ਪਹਿਲਾਂ ਹੀ ਹੋ ਗਏ ਸੀ, ਹੁਣ ਆਈ ਥਿੰਕ 3 ਇੰਚ ਸੀ ਕਿ ਨਹੀਂ ਨਹੀਂ, ਮੇਰੇ 3 ਹੋ ਗਏ ਪੁਆਇੰਟ। ਰਾਈਟ ਆਨਸਰ ਇਜ਼ ਮੇਰਾ ਵੀ ਲੂਮੀਨਾਟੀ। ਮੇਰਾ ਵੀ ਤਾਂ 3, ਮੈਂ 2 ਆਨਸਰ ਸਹੀ ਦਿੱਤੇ ਨੇ ਗਿੱਪੀ ਗਰੇਵਾਲ ਵਾਲੇ। ਦੱਸ ਦੇਣਾ ਆਪਾਂ ਕਿਉਂ ਦਿਮਾਗ ਤੇ ਬੋਝ ਪਾਇਆ। ਆਉਣ ਦੋ ਜੀ। ਮੰਜੇ ਬਿਸਤਰੇ ਫਿਲਮ 'ਚ ਸੰਧੂ ਹਲਵਾਈ ਕੀ ਬਣਾ ਕੇ ਆਪਣੀ ਇੱਜ਼ਤ ਪਹੁੰਚਾਉਂਦਾ? ਏ ਬੂੰਦੀ ਵਾਲੇ ਲੱਡੂ, ਬੀ ਚੌਕਲੇਟ ਬਰਫੀ ਜਾਂ ਸੀ ਜਲੇਬੀਆਂ। ਜਲੇਬੀਆਂ। ਯਾਰ ਮੈਂ ਪਹਿਲਾਂ ਟਾਈਪ ਕੀਤਾ, ਜਵਾਬ ਤਾਂ ਨਹੀਂ ਦਿੱਤਾ। ਬੂੰਦੀ ਵਾਲੇ ਲੱਡੂ। ਰਾਈਟ ਆਨਸਰ ਇਜ਼ ਚੌਕਲੇਟ ਬਰਫੀ। ਚਲੋ ਚਲੋ ਕੋਈ ਨਹੀਂ, ਠੀਕ ਹੈ ਫਿਰ ਦੱਸੋ ਮੈਨੂੰ। ਐਂਡ ਦ ਵਿਨਰ ਆਫ ਦ ਗੇਮ ਇਜ਼ ਹਸ਼ਨੀਨ ਚੌਹਾਨ। ਲਓ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਪ੍ਰਾਈਜ਼ ਦੀਆਂ। ਯੈਸ। ਲਓ ਜੀ, ਬਹੁਤ ਹੀ ਮਜ਼ੇਦਾਰ ਇੰਟਰਵਿਊ ਰਿਹਾ। ਥੈਂਕ ਯੂ ਹਰਦੀਪ ਐਂਡ ਹਸ਼ਨੀਨ। ਪਰ ਵਿਦਾ ਲੈਣ ਤੋਂ ਪਹਿਲਾਂ ਤੁਹਾਨੂੰ ਲੈਣੀ ਪਊਗੀ ਸੈਲਫੀ ਸੁਰੀਲੀ ਦੇ ਨਾਲ। ਓ ਨਾਈਸ, ਆਓ ਜੀ ਸੁਰੀਲੀ ਜੀ। ਅੱਜ ਦਾ ਦਿਨ ਤਾਂ ਤੁਸੀਂ ਦੋਵਾਂ ਨੇ ਖਾਸ ਬਣਾਤਾ, ਤੇ ਇੱਕ ਖਾਸ ਫਿਲਮ ਵੀ ਲੈ ਕੇ ਆ ਰਹੇ ਨੇ ਸਾਡੇ ਦੋਵੇਂ ਖਾਸ ਸਟਾਰਸ। ਪ੍ਰੋਡਿਊਸਰ ਸਾਹਿਬ, ਤੁਹਾਡੀ ਫਿਲਮ ਬਾਰੇ ਜਰਾ ਚਾਨਣਾ ਪਾਓ।
ਪ੍ਰੋਡਿਊਸਰ ਵੀ ਚਾਨਣਾ ਪਊਗਾ, ਐਕਟਰ ਵੀ ਚਾਨਣਾ ਪਊਗਾ, ਰਾਈਟਰ ਵੀ ਚਾਨਣਾ ਪਊਗਾ। ਤੁਣਕਾ ਤੁਣਕਾ ਤੁਸੀਂ ਲਾਸਟ ਈਅਰ ਦੇਖੀ ਹੋਈ ਆ, ਪਸੰਦ ਵੀ ਕੀਤੀ ਆ, ਐਪਰੀਸ਼ੀਏਟ ਵੀ ਬਹੁਤ ਕੀਤੀ ਸੀ। ਬੈਚ 2013 ਉਸੇ ਲੀ ਦੇ ਉੱਤੇ, ਉਸ ਤੋਂ ਬਹੁਤ ਅਲੱਗ ਫਿਲਮ, ਕੰਮ ਇਹਦੇ 'ਚ ਉਸ ਤੋਂ 10 ਗੁਣਾ ਉੱਪਰ ਕੀਤਾ ਅਸੀਂ। ਜਿੱਦਾਂ ਆਡੀਅੰਸ ਨੇ, ਲੋਕਾਂ ਨੇ ਤੁਣਕਾ ਤੁਣਕਾ ਵੇਲੇ ਥੀਏਟਰ 'ਚ ਜਾ ਕੇ ਸਾਨੂੰ ਸਰਪ੍ਰਾਈਜ਼ ਕੀਤਾ, ਅਸੀਂ ਇਸ ਫਿਲਮ 'ਚ ਇੱਦਾਂ ਦਾ ਕੰਮ ਕੀਤਾ ਕਿ ਲੋਕ ਦੇਖ ਕੇ ਸਰਪ੍ਰਾਈਜ਼ ਹੋਣਗੇ। ਸੋ ਉਮੀਦ ਵੀ ਇਹੀ ਕਰਦੇ ਹਾਂ ਕਿ 9 ਸਤੰਬਰ ਨੂੰ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਬੈਚ 2013 ਜ਼ਰੂਰ ਦੇਖੋਗੇ, ਨਿਰਾਸ਼ ਨਹੀਂ ਹੋਵੋਗੇ, ਤੁਹਾਡੇ ਪੈਸੇ ਖਰਾਬ ਨਹੀਂ ਹੋਣਗੇ, ਤੁਹਾਡਾ ਟਾਈਮ ਖਰਾਬ ਨਹੀਂ ਹੋਊਗਾ। ਇਹੀ ਸਾਡੀ ਟੀਮ ਦਾ ਵਾਅਦਾ ਤੁਹਾਡੇ ਨਾਲ। ਲਓ ਜੀ, ਹੁਣ ਲੈਂਦੇ ਹਾਂ ਵਿਦਾ ਤੇ ਮਿਲਦੇ ਹਾਂ ਨੈਕਸਟ ਸੰਡੇ 4:30 ਨਵੇਂ ਕਲਾਕਾਰਾਂ ਦੇ ਨਾਲ। ਓਕੇ, ਬਾਏ 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 ਸੁਰਿੰਦਰ ਜੀ। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ, ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।